ਤੇ ਮੈਂ ਸੋਚਿਆ ਕਿ ਜ਼ਿੰਦਗੀ ਜਿਹੜੀ ਹੈ ਉਹ ਸਿਰਫ ਪੈਸਾ ਕਮਾਉਣ ਦੇ ਲਈ ਨਹੀਂ ਹੁੰਦੀ ਕਿ ਤੁਸੀਂ ਬੰਦੇ ਹੋਰ ਤੇ ਪੈਸਾ ਕਮਾਓ ਸ਼ਾਦੀ ਕਰੋ ਬੱਚੇ ਹੋਏ ਬੁੱਢੇ ਹੋ ਗਏ ਤੇ ਜੈ ਰਾਮ ਜੀ ਕੀ ਹੋ ਗਈ ਸੋ ਮੈਂ ਇਹ ਇਹ ਨਹੀਂ ਕਰਨਾ ਫਿਰ ਮੈਂ ਇੱਥੋਂ ਇੰਡੀਆ ਤੋਂ ਲੰਡਨ ਤੱਕ ਬਾਈ ਰੋਡ ਗਿਆ 3 ਮਹੀਨੇ ਤੱਕ ਸੈਰ ਹੀ ਕਰ ਦਰਿਆ ਫਿਰ ਮੈਂ ਇਨਾ ਟ੍ਰੈਵਲ ਕੀਤਾ ਕਿ ਮੈਂ ਸਾਰੇ ਹਿਮਾਲਿਆ ਦੇ ਨਕਸ਼ੇ ਬਣਾਏ ਹੈ ਕਿ ਕਿੱਥੇ ਕਿੱਥੇ ਤੁਸੀਂ ਕਿੱਥੇ ਕਿੱਥੇ ਜਾ ਸਕਦੇ ਹੋ ਉਹ ਨੋ ਨਕਸ਼ੇ ਬਣਾਏ ਉਹ ਵੀ ਇੰਗਲੈਂਡ ਉੱਤੇ ਤੇ ਉਹ ਐਨੇ ਕੀਮਤੀ ਹੈ ਕਿ ਉਸ ਨੂੰ ਜਿਸ ਵੇਲੇ ਮਿਲਟਰੀ ਦੇ ਲੋਕ ਜਾਂਦੇ ਨੇ ਪਹਾੜਾਂ ਦੇ ਵਿੱਚ ਉਹ ਵੀ ਮੇਰੇ ਨਕਸ਼ੇ ਇਸਤੇਮਾਲ ਕਰਦੇ ਨੇ ਉਹਨਾਂ ਦੇ ਬਹੁਤ ਧੰਨਵਾਦ ਕੁਲਵੀਰ ਹਰਣਾ ਦਾ ਤੇ ਖਾਸ ਕਰਕੇ ਇਸ ਗੱਲ ਕਿ ਕਿ ਇਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਨੇ ਸੋਹਣ ਲੋਕ ਦੇ ਤੇ ਇਸ ਕਰਕੇ ਵੀ ਧੰਨਵਾਦ ਕਿ ਇਹਨਾਂ ਨੇ ਮੈਨੂੰ ਇੱਥੇ ਸੱਦਾ ਦਿੱਤਾ ਜੋ ਹਾਲੇ ਤੱਕ ਮੈਂ ਕਦੀ ਨਹੀਂ ਕਿਹਾ ਜਾਂ ਕਿਸੇ ਨੂੰ ਨਹੀਂ ਦੱਸਿਆ ਉਹ ਮੈਂ ਦੱਸ ਦਿੰਨਾ ਬੋਲਦਿੰਨਾ ਉਸ ਨੂੰ ਇਹ ਨਾ ਸਮਝਿਆ ਜਾਵੇ ਕਿ ਮੈਂ ਆਪਣੀ ਵਿੜਾਈ ਕਰ ਰਿਹਾ ਹਾਂ ਸਿਰਫ ਆਪਣੀ ਬੈਕਗ੍ਰਾਉਂਡ ਦੱਸ ਰਿਹਾ ਕਿ ਜਿਹੜਾ ਸਾਡਾ ਖਾਨਦਾਨ ਹੈ ਬਾਵਾ ਇਹਦੇ ਬਾਰੇ ਵੀ ਤੁਹਾਨੂੰ ਬਹੁਤ ਇਹਨੂੰ ਪਤਾ ਨਹੀਂ ਹੋਣਾ ਕਿ ਪਹਿਲੇ ਜਿਹੜੇ ਤਿੰਨ ਗੁਰੂ ਹੋਏ ਨੇ ਉਹਨਾਂ ਦੇ ਜਿਹੜੇ ਔਲਾਦ ਚੋਂ ਹੋਏ ਨੇ ਉਹਨੂੰ 바ਵਾ ਕਿਹਾ ਜਾਂਦਾ ਹੈ ਮੰਨ ਲਓ ਕਿ ਗੁਰੂ ਨਾਨਕ ਦੇਵ ਜੀ 베ਦੀ ਸੀ ਲੇਕਿਨ ਹਰ ਇੱਕ 베ਦੀ ਜਿਹੜਾ ਹੈ 베ਦੀ ਤੇ ਇੱਕ ਬੜੀ ਵੱਡੀ ਜਾਤ ਸੀਗੀ ਹਰ ਇੱਕ 베ਦੀ 바ਵਾ ਨਹੀਂ ਲਿਖ ਸਕਦਾ ਹੈ 바ਵਾ ਉਹੀ ਲਿਖ ਸਕਦਾ ਜਿਹੜਾ ਕਿ ਉਹਨਾਂ ਦੇ ਔਲਾਦ ਚੋਂ ਹੋਵੇ ਸੋ ਅਸੀਂ ਤੀਸਰੇ ਗੁਰੂ ਦੇ ਔਲਾਦ ਚੋਂ ਤੇ ਹੋਰ ਥੋੜੀ ਜਿਹੀ ਹੋਰ ਹਿਸਟਰੀ ਕਿ ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਜ਼ਿਲ੍ਹੇ ਦੇ ਰਹਿਣ ਵਾਲੇ ਲੇਕਿਨ ਪਿੰਡ ਸਾਡਾ ਵੈਰਵਾਲ ਗੋਇੰਦਵਾਲ ਗੋਇੰਦਵਾਲ ਤੋਂ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਤੇ ਜਿਹੜੇ ਸਾਡੇ ਵੱਡੇ ਵਡੇਰੇ ਸੀ ਉਹ ਗੁਰੂ ਅਮਰਦਾਸ ਦੇ ਟਾਈਮ ਦੇ ਵਿੱਚ ਜਿਸ ਨੇ ਗੋਇੰਦਵਾਲ ਦੇਖਿਆ ਕਿਸੇ ਨੇ ਉਹਦੇ ਵਿੱਚ ਬੌਲੀ ਜਿਹੜੀ ਹੈਗੀ ਹੈ ਉਹ ਜਿਹੜੇ ਸਾਡੇ ਵੱਡੇ-ਵਡੇਰੇ ਸੀਗੇ ਬਾਵਾ ਮਾਨਕ ਦਾਸ ਉਹਨਾਂ ਨੇ ਸੇਵਾ ਕੀਤੀ ਸੀਗੀ ਤੇ ਜਿਸ ਵੇਲੇ ਬੌਲੀ ਬਣਾ ਰਹੇ ਸੀਗੇ ਬਣੀ ਗਈ ਤੇ ਇੱਕ ਕੱਡ ਹੁੰਦਾ ਥੱਲੇ ਚਟਾਨ ਹੁੰਦੀ ਹੈ ਉਸ ਨੂੰ ਤੋੜਨਾ ਪੈਂਦਾ ਤਾਂ ਉਹ ਪਾਣੀ ਉੱਪਰ ਆਂਦਾ ਜਿਹੜਾ ਹਮੇਸ਼ਾ ਰਹਿੰਦਾ ਜਿਸ ਵੇਲੇ ਉਹ ਕੱਡ ਤੋੜ ਰਹੇ ਸੀਗੇ ਕੱਡ ਟੁੱਟਿਆ ਤੇ ਉਹ ਪਾਣੀ ਉੱਪਰ ਆਇਆ ਤੇ ਉਹ ਵਿੱਚ ਡੁੱਬ ਗਏ ਤੇ ਜਿਹੜੇ ਉਹਨਾਂ ਦੇ ਮਾਂ ਸੀ ਮਾਨਕ ਦਾਸ ਦੀ ਉਹ ਗੁਰੂ ਅਮਰਦਾਸ ਮੈ ਰਹਿ ਹੋ ਗਈ ਉਹ ਹੋ ਗਈ ਇਕੱਲਾ ਇਕੱਲਾ ਮੇਰਾ ਪੁੱਤ ਸੀ ਤੇ ਉਹਨਾਂ ਨੇ ਕਿਹਾ ਗੁਰੂ ਨੇਮ ਕੇ ਮਾਈ ਤੂੰ ਚਿੰਤਾ ਨਾ ਕਰੇ ਜਿੰਦੇ ਹੋ ਜਾਣਗੇ ਹੁਣ ਤੁਸੀਂ ਡਾਕਟਰੀ ਦੇ ਮੈਡੀਕਲੀ ਕਹਿ ਸਕਦੇ ਉਹਨਾਂ ਦੇ ਪੇਟ ਵਿੱਚ ਪਾਣੀ ਭਰ ਗਿਆ ਹੋਵੇਗਾ ਕੁਝ ਹੋ ਗਿਆ ਹੋਵੇਗਾ ਤੇ ਉਹਨੂੰ ਕੱਢਿਆ ਗਿਆ ਤੇ ਉਹ ਸਾਹ ਲੈਣ ਲੱਗ ਪਏ ਜਿੰਦਾ ਹੋ ਗਿਆ ਤੇ ਇਸ ਕਰਕੇ ਉਹਨਾਂ ਦੇ ਜਿਹੜੇ ਔਲਾਦ ਸੀਗੀ ਉਹਨਾਂ ਨੂੰ ਕਹਿਣ ਲੱਗੇ ਮਰ ਜਿਊੜੇ ਸੋ ਥੋੜੇ ਉਹਨਾਂ ਦੇ ਬਾਅਦ ਜਿਹੜੇ ਥੋੜੇ ਕੋਈ ਪੰਜਾਹ ਸਾਲ ਹਾਲ ਵਾਸੋ ਚਾਏ ਮਰ ਜਿਊੜੇ ਤਾਂ ਠੀਕ ਨਹੀਂ ਤੇ ਇਹ ਮਰ ਹਟਾ ਦਿਓ ਹਾਂ ਫਿਰ ਸਿਰਫ ਜਿਊੜ ਰਹਿ ਗਏ ਹੈ ਬਾਬਾ ਹਮੇਸ਼ਾ ਪਹਿਲਾਂ ਲੱਗਦਾ ਤੁਸੀਂ ਦੇਖਿਆ ਹੋਣਾ ਕਿ ਬਾਬਾ ਫਲਾਣਾ ਸਿੰਘ ਅੱਜਕੱਲ ਬਾਅਦ ਚ ਲੱਗਦਾ ਸੋ ਆਦਾਂ ਦਾ ਬਾਵਾ ਬਲਵੰਤ ਸਿੰਘ ਜੂੜ ਬਾਵਾ ਕੁਲਵੰਤ ਸਿੰਘ ਜੂੜ ਫਿਰ ਜਦੋਂ ਅੰਗਰੇਜ਼ਾਂ ਦਾ ਟਾਈਮ ਆਇਆ ਤੇ ਬੜੀ ਮੁਸ਼ਕਲ ਹੋਈ ਕਿਉਂਕਿ ਜਿਹੜੀ ਕਾਸਟ ਆ ਤਾਂ ਪਿੱਛੇ ਲੱਗਦੇ ਆ ਪਹਿਲਾਂ ਨਹੀਂ ਲੱਗਦੇ ਫਿਰ ਜਿਹੜੇ ਜੂੜ ਹਟ ਗਏ ਜੂੜ ਦਾ ਮਤਲਬ ਹੈ ਮੜ ਜੂੜ ਤਾਂ ਜੂੜ ਤੇ ਫਿਰ ਜੂੜ ਹਟ ਗਿਆ ਤੇ ਬਾਵਾ ਰਹਿ ਗਿਆ ਸੋ ਇਸ ਤਰੀਕੇ ਦੇ ਨਾਲ ਅਸੀਂ ਇੱਥੇ ਪਹੁੰਚੇ ਸਾਡੇ ਪਿਤਾ ਜੀ ਬਹੁਤ ਹੀ ਸਾਧੂ ਸੁਭਾਅ ਦੇ ਆਦਮੀ ਸੀ ਤੇ ਬਹੁਤ ਹੀ ਜ਼ਿਆਦਾ ਭੋਲੇ ਭਾਲੇ ਬਿਲਕੁਲ ਸਾਧੂ ਅਸਲੀ ਸਾਧੂ ਜਿਹਨਾਂ ਨੂੰ ਕਹਿੰਦੇ ਜਿਨ੍ਹਾਂ ਨੇ ਗੁਰਦੁਆਰੇ ਜਾਣਾ ਪਾਠ ਕਰਨਾ ਤੇ ਵਾਹਿਗੁਰੂ ਵਾਹਿਗੁਰੂ ਕਰਨਾ ਤੇ ਹੋਰ ਕੁਝ ਨਹੀਂ ਕਰਨਾ ਯਾਨੀ ਜ਼ਿੰਦਗੀ ਵਿੱਚ ਉਹਨਾਂ ਨੇ ਮਸਾ ਦੋ ਤਿੰਨ ਸਾਲ ਕੰਮ ਕੀਤਾ ਬਾਕੀ ਹਮੇਸ਼ਾ ਵੇਲੇ ਹੀ ਰਹੇ ਪਾਠ ਕਰਦੇ ਰਹੇ ਵੇਲੇ ਰਹੇ ਇਹਦਾ ਨਤੀਜਾ ਹੋਇਆ ਇਹ ਕਿ ਉਹਨਾਂ ਜਿਹੜੇ ਪੁੱਤਰ ਸੀਗੇ ਮੇਰੇ ਵਰਗੇ ਉਹ ਫਕੀਰ ਬਣ ਗਏ ਕਿ ਜਿਸ ਵੇਲੇ ਅ ਜੇ ਪੈਸੇ ਦੀ ਵੀ ਤੰਗੀ ਹਰ ਚੀਜ਼ ਤੋਂ ਤੰਗੀ ਕਿ ਸਕੂਲ ਜਿਸ ਵੇਲੇ ਜਾਣਾ ਅਸੀਂ ਇਹਨਾਂ ਨੇ ਦੱਸਿਆ ਕਿ ਅਸੀਂ 10 ਸਾਲ ਦੀ ਉਮਰ ਵਿੱਚ ਦਿੱਲੀ ਆ ਗਏ ਸੀ ਕਰੋਲ ਬਾਗ ਤੇ ਸਾਡੇ ਪਾਸ ਪੈਰੇ ਪਾਣ ਲਈ ਜੁੱਤੀਆਂ ਨਹੀਂ ਸੀ ਹੁੰਦੀਆਂ ਸਾਡੇ ਦੋ ਤਿੰਨ ਭਰਾ ਸੀਗੇ ਤੇ ਮੋਜਰੀਆਂ ਕਤਾਂਵਾਂ ਸੀ ਗਿਆ ਉਹ ਵੀ ਮੰਗ ਕੇ ਅਸੀਂ ਪੜਦੇ ਸੀਗੇ ਤੇ ਕਦੇ-ਕਦੇ ਇਸ ਤਰ੍ਹਾਂ ਵੀ ਹੁੰਦਾ ਸੀਗਾ ਜਿਸ ਵੇਲੇ ਅਸੀਂ ਸਕੂਲ ਜਾਂਦੇ ਸੀਗੇ ਦੇਵ ਨਗਰ ਤੋਂ ਕਰੋਲ ਬਾਗ ਤੇ ਰਸਤੇ ਦੇ ਵਿੱਚ ਕੰਡੇ ਹੁੰਦੇ ਸੀ ਪਖੜੇ ਜਿਨੂੰ ਕਹਿੰਦੇ ਆ ਪੈਰਾਂ 'ਚ ਪਖੜੇ ਚਿਪਦੇ ਸੀਗੇ ਜਿਸ ਵੇਲੇ ਤੂਪ ਹੁੰਦੀ ਸੀ ਤਾਂ ਸੀ ਸਕੂਲ ਦੇ ਸੀਗੇ ਕਿ ਮਕਾਨ ਦੇ ਜਿਹੜੇ ਸ਼ੇਡ ਹੈ ਨਾ ਉਹਦੇ ਨਾਲ-ਨਾਲ ਤੁਰੀਏ ਤਾਂ ਕਿ ਪੈਰਾਂ ਨੂੰ ਛਾਲੇ ਨਾ ਪੈਣ ਸੋ ਉਸ ਤਰੀਕੇ ਦੇ ਨਾਲ ਅਸੀਂ ਪੜਾਈ ਕੀਤੀ ਤੇ ਕਰਦੇ ਕਰਦੇ ਕਿਸੇ ਤਰੀਕੇ ਦੇ ਨਾਲ ਆਪਾਂ 10ਵੀਂ ਪਾਸ ਕਰ ਲਏ ਤੇ ਉਹਨਾਂ ਤੱਕ ਸਾਡੇ ਵੱਡੇ ਭਰਾ ਕਲਰਕੀ ਦੀ ਨੌਕਰੀ ਕਰਨ ਲੱਗ ਪਏ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਚੱਲ ਪੁੱਤਰ ਤੂੰ ਵੀ ਟਾਈਪਿਸਟਿਕ ਤੇ ਤਿੰਨ ਵੀ ਲਗਾਣਿਆਂ ਕਿਲਰ ਤੇ ਮੈਂ ਸਮ ਹਾਉ ਕਿਸੇ ਤਰੀਕੇ ਦੇ ਨਾਲ ਮੇਰਾ ਡਰਾਇੰਗ ਦੇ ਵਿੱਚ ਜਿਹੜਾ ਸੀ ਨਾ ਹੱਥ ਜਿਹੜਾ ਬਹੁਤ ਚੰਗਾ ਸੀ ਤੇ ਮੈਂ ਸੋਚਿਆ ਕਿ ਮੈਂ ਤਾਂ ਆਰਟਿਸਟ ਬਣਾਗਾ ਤੇ ਮੈਂ ਕਿਹਾ ਮੈਂ ਤੇ ਨਹੀਂ ਕਰਨੀ ਟਾਈਪਿਸ ਨਹੀਂ ਸਿੱਖਣੀ ਤੇ ਕਹਿੰਦੇ ਹੋਰ ਚੰਗੀ ਕਰੇਗਾ ਮੈਂ ਕਹਿੰਦੇ ਮੈਂ ਆਰਟਿਸਟ ਬਣੇਗਾ ਕਿ ਆਰਟਿਸਟ ਬਣੇਗਾ ਤਾਂ ਮਰੇਗਾ ਹਰ ਜਿਹੜਾ ਉਹਨਾਂ ਤੋਂ ਤੱਕ ਤਾਂ ਕੋਈ ਪੇਂਟਿੰਗ ਵਿਕਦੀ ਹੀ ਨਹੀਂ ਸੀ ਕਿਆਂ ਤੇ ਲੇਕਿਨ ਮੈਂ ਜ਼ਿੱਦ ਕੀਤੀ ਤੇ ਪਰ ਉਹਨਾਂ ਨੇ ਮੈਨੂੰ ਟਾਈਪ ਦੇ ਸਕੂਲ ਵਿੱਚ ਬਿਠਾ ਦਿੱਤਾ 6 ਰੁਪਏ ਮਹੀਨੇ ਦੀ ਫੀਸ ਸੀਗੀ 3 ਰੁਪਏ ਅਡਵਾਂਸ ਦਿੱਤੇ ਤੇ ਕਹਿੰਦੇ ਸਿੱਖ ਹੈ ਮੈਂ ਟਿਕ 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 ਕੀਤੀ ਇਹਦਾ ਹੁੰਦਾ ਨਾ ਟਿਕ ਟਿਕ ਕਰਦੀ ਤੇ ਅੱਧੇ ਜਿਸ ਵੇਲੇ ਛੁੱਟੀ ਹੋਈ ਤੇ ਮੇਰੇ ਤਾਂ ਅੱਖਾਂ 'ਚੋਂ ਆਸੂ ਵਗਦੇ ਸੀਗੇ ਮੈਂ ਹੰਪਤ ਗਿਆ ਸਕੂਲ ਚੋਂ ਰਾਤ ਨੂੰ 10 ਵਜੇ ਪਹੁੰਚਿਆ ਤੇ ਹੁਣ ਵੱਡੇ ਪਰਾਂ ਨੇ ਸੋਚਿਆ ਕਿ ਇਹਨੂੰ ਮਾਰਾਂ ਕੁੱਟਾਂ ਤੇ ਮਾਂ ਨੇ ਕਹੇ ਜੇ ਮਾਰਾਂ ਕੁੱਟਾਂਗਾ ਤਾਂ ਹੋਰ ਇਹ ਦੁਖੀ ਹੋਏਗਾ ਕਿ ਮਾਰ ਮੂਰ ਕੁਝ ਨਹੀਂ ਪਈ ਤੇ ਲੇਕਿਨ ਮੈਨੂੰ ਕਹਿੰਦੇ ਰਹੇ ਕਿ ਤੂੰ ਇਹ ਕਰ ਉਹ ਕਰ ਤੇ ਟਾਈਪ ਸਿੱਖ ਤੇ ਆ ਹੋਇਆ ਕਿ ਇਹ ਕਿ ਮੈਂ ਤੇ ਸੋਚਿਆ ਮੈਂ ਤੇ ਆਰਟਿਸਟ ਬੰਨਾ ਤੇ ਦੇਲੀ ਦੇ ਵਿੱਚ ਕੋਈ ਆਰਟ ਸਕੂਲ ਹੀ ਨਹੀਂ ਸੀ ਜਿਹੜਾ ਆਰਟ ਸਕੂਲ ਹੁੰਦਾ ਸੀਗਾ ਲੇਕਿਨ ਉੋਂ ਤੱਕ ਮੈਨੂੰ ਪਤਾ ਨਹੀਂ ਸੀ ਕਿਉਂਕਿ ਉਹਦਾ ਨਾਂ ਦਿੱਲੀ ਪੋਲੀਟੈਕਨਿਕ ਸੀ ਪੋਲੀਟੈਕਨਿਕ ਦੇ ਵਿੱਚ ਡਰਾਫਟਸਮੈਨ ਇੰਜੀਨੀਅਰ ਇੱਕ ਬ੍ਰਾਂਚ ਆਰਟ ਦੀ ਵੀ ਸੀ ਮੈਨੂੰ ਨਹੀਂ ਸੀ ਪਤਾ ਤੇ ਮੈਨੂੰ ਪਤਾ ਲੱਗਾ ਵੀ ਇੱਥੇ ਬੰਬਈ ਦੇ ਵਿੱਚ ਆਰਟ ਕਾਲਜ ਹੈਗਾ ਜੇਜ ਸਰ ਜੇਜ ਸਕੂਲ ਆਫ ਆਰਟ ਉੱਥੇ ਜਾ ਕੇ ਮੈਂ ਆਰਟ ਸਿੱਖਾਂਗਾ ਤੇ ਫਿਰ ਮੈਂ ਇਹ ਕੀਤਾ ਕਿ ਸੋਚਿਆ ਕਿ ਮੈਂ ਇਥੋਂ ਦੁੰਬਈ ਜਾਣਾ ਤੇ ਘਰੋਂ ਕਿਸੇ ਨੇ ਕਹਿਣਾ ਕਿ ਮਾਂ ਨੇ ਕਿਹਾ 10 ਕਿਲੋ ਚੀਨੀ ਲੈ ਵਡਾ ਪਰਿਵਾਰ ਸੀ ਤੇ 2-3 ਕਿਲੋ ਚੀਨੀ ਨਹੀਂ ਲੈ ਆਂਦੇ ਹੁੰਦੇ 10 ਕਿਲੋ ਚੀਨੀ 20 ਕਿਲੋ ਆਟਾ ਇਸ ਤਰ੍ਹਾਂ ਸੀ ਉਹਦੇ ਵਿੱਚੋਂ 10 ਕਿਲੋ ਦੇ ਬਜਾਏ ਮੈਂ 8 ਕਿਲੋ ਲਿਆ ਨਹੀਂ ਤੇ ਬਾਕੀ 2 ਕਿਲੋ ਦੇ ਪੈਸੇ ਰੱਖ ਲੈਨੇ ਇਸ ਤਰ੍ਹਾਂ ਕਰਕੇ ਜਾ ਮੈਨੂੰ ਕੋਈ ਖਰਚੇ ਲਈ ਦੇਣੀ ਉਹਦੇ ਵਿੱਚ ਰੱਖ ਲੈਨੇ ਇੱਕ ਦੋ 2 4 5 ਰੁਪਏ ਕਿ ਚੋਰੀ ਵੀ ਕਰ ਲੈ ਸੋ ਇਸ ਤਰ੍ਹਾਂ ਕਰਕੇ ਮੈਂ 1 ਰੁਪਈਆ ਇਕੱਠੇ ਕੀਤੇ ਤੇ ਤੂਫਾਨ ਮੇਲ ਬੰਬਈ ਜਾਂਦੀ ਸੀ ਫਰੰਟੇਰ ਮੇਲ ਵੀ ਜਾਂਦੀ ਹੈ ਪਰ ਤੂਫਾਨ ਮੇਲ ਦੀ ਟਿਕਟ ਘਟ ਸੀ ਸ਼ਾਇਦ ਪਤਾ ਨਹੀਂ ਕਿਉਂ ਉਹਦੇ ਵਿੱਚ ਬੈਠ ਕੇ ਮੈਂ ਨਸ ਗਿਆ ਤੇ ਟਿਕਟ ਮੈਨੂੰ ਯਾਦ ਨਹੀਂ ਕਿ ਲਈ ਕਿ ਨਹੀਂ ਹੈਂ ਲੇਕਿਨ ਜਿਸ ਵੇਲੇ ਚਾਂਸੀ ਤੋਂ ਬਾਅਦ ਟੀਟੀ ਆਇਆ ਤੇ ਸਾਰਿਆਂ ਕੋਲ ਗੈਰ ਟਿਕਟ ਦਿਖਾਓ ਟਿਕਟ ਦਿਖਾਏ ਜਿਸ ਵੇਲੇ ਮੈਨੂੰ ਕਿਹਾ ਕਿ ਟਿਕਟ ਦਿਖਾਓ ਮੈਂ ਬੋਝੇ ਫੁੱਲੇ ਜਾਵਾਂ ਤੇ ਟਿਕਟ ਹੈ ਨਹੀਂ ਸੀ ਤੇ ਉਹ ਸਮਝ ਗਿਆ ਕਿ ਬਿਨਾਂ ਟਿਕਟ ਬੈਠਾ ਹੋਇਆ ਤੇ ਜਿਸ ਵੇਲੇ ਚਾਂਸੀ ਤੋਂ ਅੱਗੇ ਇੱਕ ਬਿਵਾਲ ਤੋਂ ਪਹਿਲਾਂ ਇੱਕ ਛੋਟੇ ਜਿਹੇ ਸਟੇਸ਼ਨ ਤੇ ਅਨਸ਼ਡਿਊਲਡ ਖੜੀ ਹੋ ਗਈ ਸਿੰਗਲ ਡਾਊਨ ਨਹੀਂ ਹੋਣਾ ਜਾਂ ਕੁਝ ਹੋਣਾ ਤੇ ਉਹ ਸਵੇਰੇ ਸਵੇਰੇ 6 ਵਜੇ ਸੀ ਉਸ ਵੇਲੇ ਯਾਰ ਸਵੇਰੇ 5 ਵਜੇ ਹੋਣੇ ਆ ਉਹਨੇ ਮੈਨੂੰ ਉਹਦੀ ਖੜਿਆ ਮੇਰਾ ਥੈਲਾ ਜਿਹੜਾ ਸੀਗਾ ਉਹ ਚੁੱਕਿਆ ਤੇ ਨਾਲੇ ਮੈਨੂੰ ਫੜਿਆ ਤੇ ਉਹਨੂੰ ਮੇਰਾ ਥੈਲਾ ਪਲੇਟਫਾਰਮ ਤੇ ਸੁੱਟਿਆ ਨਾਲੇ ਮੈਨੂੰ ਤੱਕਾ ਦਿੱਤਾ ਕਿ ਨਿਕਲ ਥਾਲੇ ਇਹ ਤੇਰੇ ਬਾਪ ਕੀ ਟ੍ਰੇਨ ਹੈ ਤੇ ਉਹ ਤੇ ਚਲਾ ਗਿਆ ਟ੍ਰੇਨ ਚਲੇ ਗਈ ਤੇ ਮੈਂ ਪਲੇਟਫਾਰਮ ਤੇ ਖੜਾ ਛੋਟਾ ਜਿਹਾ ਪਲੇਟਫਾਰਮ ਉਥੇ ਨਾ ਲਾਈਟ ਸੀ ਨਾ ਕੁਛ ਇੱਕੋ ਇੱਕ ਕਮਰਾ ਉਹਦਾ ਸਟੇਸ਼ਨ ਦਾ ਕਮਰੇ ਵਿੱਚ ਜਾ ਕੇ ਦੇਖਿਆ ਤੇ ਇੱਕ ਛੋਟਾ ਜਿਹਾ ਬੱਲਬ ਜਗ ਰਿਆ ਸੀ ਮੈਂ ਦੇਖਿਆ ਵੀ ਦੇਖਾ ਤਾਂ ਸਹੀ ਮੈਂ ਹੈ ਕਿੱਥੇ ਤੇ ਪਤਾ ਲੱਗਿਆ ਵੀ ਐਸ ਪਾਸੇ ਚਾਂਸੀ ਸੀ ਅੱਗੇ ਬਪਾਲ ਹੈ ਵਿਚਕਾਰ ਇਹ ਸਟੇਸ਼ਨ ਹੈ ਸਟੇਸ਼ਨ ਦਾ ਨਾਮ ਤੁਸੀਂ ਕਦੇ ਨਹੀਂ ਸੁਣਿਆ ਹੋਣਾ ਲੇਕਿਨ ਮੇਰੇ ਦਿਲ ਦੇ ਵਿੱਚ ਬੈਠਾ ਹੋਇਆ ਕਿਉਂਕਿ ਉਹ ਸਭ ਤੋਂ ਇੰਪੋਰਟੈਂਟ ਪੁਆਇੰਟ ਸੀ ਮੇਰੇ ਲਈ ਉਹਦਾ ਨਾਮ ਸੀਗਾ ਗੰਜ ਬਸੋੜਾ ਕਦੇ ਸੁਣਿਆ ਗੰਜ ਬਸੋੜਾ ਤੋ ਸੋ ਮੈਂ ਗੰਜ ਬਸੋੜਾ ਸਟੇਸ਼ਨ ਤੋਂ ਬਾਹਰ ਨਿਕਲਿਆ ਤੇ ਇੱਕ ਚਾਹ ਦੀ ਦੁਕਾਨ ਵਾਲਾ ਹਲੇ ਪੱਠੀ ਜੇ ਮਗ ਆ ਰਿਆ ਸੀਗਾ ਐ ਕਰਕੇ ਤੇ ਮੈਂ ਉਸ ਨੂੰ ਪੁੱਛਿਆ ਇਹ ਗੰਜ ਬਸੋੜਾ ਕਿੱਥੇ ਕਰਕੇ ਆ ਉਹਨੇ ਕਿਹਾ ਦੱਸਿਆ ਪੋਜੀਸ਼ਨ ਦੱਸੀ ਫਿਰ ਮੈਂ ਕਿਹਾ ਕਿ ਅੱਛਾ ਇਹ ਜੇ ਮੈਂ ਬੰਬਈ ਲਈ ਟਿਕਟ ਖਰੀਦਣੀ ਹੋਵੇ ਬੈਠਣਾ ਹੋਵੇ ਤਾਂ ਮੈਨੂੰ ਟਿਕਟ ਟ੍ਰੇਨ ਕਿੱਥੋਂ ਮਿਲੇਗੀ ਕਹਿੰਦੇ ਇੱਥੋਂ ਤੇ ਕਦੀ ਨਹੀਂ ਖੜੀ ਹੁੰਦੀ ਇਹ ਤਾਂ ਐਵੇਂ ਪੈਸੰਜਰ ਗੱਡੀਆਂ ਖੜੀਆਂ ਹੁੰਦੀਆਂ ਤੇ ਤੁਸੀਂ ਇੱਥੋਂ ਤੁਸੀਂ ਵਿਦਿਸ਼ਾ ਜਾਂ ਸਾੰਚੀ ਜਾਓ ਉੱਥੋਂ ਮਿਲੇਗੀ ਮੈਂ ਕਿ ਉਹ ਕਿੰਨੀ ਦੂਰ ਹੈ ਉਹ ਕਹਿੰਦੇ 150 ਮੀਲ ਹੈ ਜਾਂ 150 ਮੀਲ ਹੈ ਉਹਨਾਂ ਦੱਸੇ ਉਹਨਾਂ ਨੇ ਜਾਂ 200 ਕਿਲੋਮੀਟਰ ਤੇ ਮੈਂ ਕਿ ਬਸ ਉਸ ਕੋਈ ਜਾਂਦੀ ਹੈ ਕਿ ਬਸ ਉਸ ਇੱਥੇ ਹਾਂ ਸੇ ਕੋਈ ਨਹੀਂ ਜਾਂਦੀ ਹੈ ਵਿਦਿਸ਼ਾ ਤੱਕ ਬਸ ਨੇ ਜਾਂਦੀ ਵਿਦਿਸ਼ਾ ਵੀ ਉਥੋਂ 100 ਕਿਲੋਮੀਟਰ ਸੋ ਆਪਾਂ ਆਪਣਾ ਥੈਲਾ ਚੁੱਕਿਆ ਤੇ ਚਪਲਾ ਮੇਰੇ ਕੋ ਪਾਈਆਂ ਹੁੰਦੀਆਂ ਸੀਗੀਆਂ ਠੱਪ ਠੱਪ ਕਰਦਾ ਮੈਂ ਜਿਹੜਾ ਰਸਤਾ ਸੀ ਉਥੇ ਤੁਰ ਪਿਆ ਇਹ ਸਾਰੀ ਜਿਹੜੀ ਕਿਰਪਾ ਸੀਗੀ ਇਹ ਵਾਹਿਗੁਰੂ ਦੀ ਸੀ ਕਿ ਉਹਨਾਂ ਨੇ ਹੁਣ ਮੈਨੂੰ ਮੇਰੇ ਜੀਵਨ ਦਾ ਰਸਤਾ ਦੱਸਣਾ ਸੀਗਾ ਕਿ ਇਹ ਤੇਰਾ ਰਸਤਾ ਹੈ ਉਹ ਕਿਸ ਤਰ੍ਹਾਂ ਹੁਣ ਸੁਣੋ ਕਿ ਜਿਵੇਂ ਲੈ ਮੈਂ ਟੋਰਿਆ ਉਥੋਂ ਤੇ ਰਾਤ ਪੈ ਗਈ तकरीबन ਸ਼ਾਮ ਹੋਈ ਤੇ ਇੱਕ ਪਿੰਡ ਦਿਸਿਆ ਪਿੰਡ ਟਿੱਲੇ ਦੇ ਉੱਤੇ ਸੀ ਉਹਦੇ ਵਿੱਚ ਸਿਖਰ ਦੇ ਉੱਤੇ ਇੱਕ ਮੰਦਿਰ ਦਾ ਕਲਸ਼ ਦਿਖਾਈ ਦੇ ਰਿਹਾ ਸੀ ਮੈਂ ਮੰਦਿਰ ਉਹਦੇ ਵਿੱਚ ਹੋ ਕੇ ਤੇ ਮੰਦਿਰ ਦੇ ਕਲਸ਼ ਮੰਦਿਰ ਵਿੱਚ ਪਹੁੰਚ ਗਿਆ ਮੰਦਰ ਦੇ ਵਿੱਚ ਪੁਜਾਰੇ ਪੁਜਰੀ ਕੋਈ ਨਹੀਂ ਲੇਕਿਨ ਮੰਦਰ ਐਂਸ਼ੀਅੰਟ ਮੰਦਰ ਯਾਨੀ ਕਿ 6ਵੀਂ 7ਵੀਂ 8ਵੀਂ ਸਦੀ ਦਾ ਬਣਿਆ ਹੋਇਆ ਸ਼ਿਵ ਦਾ ਮੰਦਰ ਤੇ ਲੇਕਿਨ 3-4 ਕਮਰੇ ਸੀਗੇ ਬਿਨਾਂ ਦਰਵਾਜ਼ੇ ਦੇ ਹੈ ਉੱਥੇ ਮੈਂ ਰਾਤ ਨੂੰ ਸੌਂ ਗਿਆ ਤੇ ਉਹ ਜਿਸ ਵੇਲੇ ਸਵੇਰੇ ਉੱਠ ਕੇ ਦੇਖਿਆ ਤੇ ਉਹ ਤਾਂ ਕਵਾਲ ਦਾ ਪਿੰਡ ਯਾਨੀ ਕਿ ਦੁਬਾਰਾ ਵੀ ਮੈਂ ਉੱਥੇ ਗਿਆ 8-10 ਸਾਲ ਬਾਅਦ ਕਿ ਉੱਥੇ ਜਿੰਨੇ ਮਕਾਨ ਸੀ ਦੋ-ਦੋ ਮੰਜ਼ਲੇ ਵੀ ਤਿੰਨ-ਤਿੰਨ ਮੰਜ਼ਲੇ ਵੀ ਲੇਕਿਨ ਉੱਥੇ ਰਹਿ ਕੋਈ ਨਹੀਂ ਸੀ ਰਿਆ ਦੋ-ਦੋ ਮੰਦਰ ਮਕਾਨ ਹੈ ਉਜੜਿਆ ਹੋਇਆ ਉਥੋਂ ਜਿਸ ਵੇਲੇ ਪੁਰਾਣਾ ਕੋਈ ਸ਼ਹਿਰ ਹੋਏਗਾ ਤੇ ਉਹ ਤਾਂ ਚਲੇਗਾ ਕਿਤੇ ਇੱਕ ਵੱਡੇ-ਵੱਡੇ ਸ਼ਹਿਰਾਂ ਚ ਲੇਕਿਨ ਮਕਾਨ ਹੈ ਲੇਕਿਨ ਇਟਾਂ ਦੀ ਬਜਾਏ ਪੱਥਰ ਕੱਟ-ਕੱਟ ਕੇ ਇਟਾਂ ਬਣੀਆਂ ਹੋਈਆਂ ਉਹਦੇ ਨਾਲ ਮਕਾਨ ਬਨਾਇਆ ਕੰਦਾ ਬਨਿਆ ਪੱਥਰ ਦੇ ਸਿਲ ਕੱਟ ਕੇ ਦਰਵਾਜ਼ਾ ਬਨਿਆ ਹੋਇਆ ਪੱਥਰ ਦੇ ਕੱਟ-ਕੱਟ ਕੇ ਜਿਹੜੀਆਂ ਬਾਰੀਆਂ ਵਿੱਚ ਸਲਾਖਾਂ ਹੁੰਦੀਆਂ ਉਹ ਲਗਾਈਆਂ ਹੋਈਆਂ ਇੱਥੋਂ ਤੱਕ ਕਿ ਜਿਹੜੇ ਉਹ ਕੁੰਡੇ ਹੁੰਦੇ ਆ ਨਾ ਉਹ ਵੀ ਪੱਥਰ ਵਿੱਚੋਂ ਕੱਟ-ਕੱਟ ਕੇ ਬਣਾਏ ਹੋਏ ਸੀਗੇ ਇਸ ਤਰ੍ਹਾਂ ਦੀਆਂ ਬੜੀਆਂ ਅਜੀਬ ਜਿਹੀਆਂ ਚੀਜ਼ਾਂ ਦੇਖੀਆਂ ਖੈਰ ਉਸ ਤੋਂ ਬਾਅਦ ਮੈਂ ਅੱਗੇ ਤੁਰਿਆ ਤੇ वो मैं डिटेल ही दसागा कि, थे थे, कि थे मैं कितने रात पै गई तो कितने मैं खेत सुता किए पुटिया कितने मैं चलिया भुनियाँ तो फिर मैं एक जगह पहुँचा जिसका नाम से गैरसपुर गैरसपुर भी मेरे लिए बहुत इंपोर्टेंट जगह उ ਬੋੜਾ ਪ੍ਰਾਰੰਭ ਸ਼ਹਿਰ ਸੀ ਲੇਕਿਨ ਉਜੜਿਆ ਹੋਇਆ ਸਿਰਫ ਇੱਕ ਰੈਸਟ ਹਾਊਸ ਸੀਗੇ ਦੋ ਚਾਰ ਮਕਾਨ ਤੇ ਉਹ ਮੰਦਿਰ ਬਹੁਤ ਸ਼ਾਨਦਾਰ ਹੋਤੇ ਤੇ ਉਥੇ ਆਰਕੀਓਲੋਜੀ ਡਿਪਾਰਟਮੈਂਟ ਦੇ ਤਿੰਨ ਚਾਰ ਬੰਦੇ ਕੰਮ ਕਰ ਰਹੇ ਸੀਗੇ ਪ੍ਰਿਜ਼ਰਵੇਸ਼ਨ ਦੇ ਲਈ ਇੱਕ ਫੋਟੋਗ੍ਰਾਫਰ ਸੀਗਾ ਇੱਕ ਨਕਸ਼ੇ ਜੇ ਬਣਾਇਆ ਰਿਹਾ ਸੀਗਾ ਇੱਕ ਆਦਮੀ ਉਹਨਾਂ ਦੇ ਜਿਹੜੇ ਬੁੱਤ ਸੀਗੇ ਤਸਵੀਰਾਂ ਸੀਗੀਆਂ ਮੰਦਰ ਦੀਆਂ ਉਹਦੇ ਸਕੈਚ ਬਣਾ ਰਿਹਾ ਸੀਗਾ ਹੁਣ ਯਾਨੀ ਕਿ ਉਹ ਆਰਟਿਸਟ ਸੀਗਾ ਤੇ ਮੈਂ ਉਹਦੇ ਕੋਲ ਬੈਠੇ ਆ ਮੈਂ ਉਹਨੂੰ ਆਖਿਆ ਕਿ ਮੈਨੂੰ ਜਰਾ ਪੇਪਰ ਦੇ ਦੇ ਮੈਂ ਵੀ ਬਣਾਵਾਂ ਉਹਨੇ ਹਾਂ ਬੇਟਾ ਬੇਟਾ ਲeo ਲੋ ਉਹਨੇ ਮੈਨੂੰ ਦੋ ਤਿੰਨ ਪੇਪਰ ਦਿੱਤੇ ਪੈਨਸਲ ਵੀ ਦਿੱਤੇ ਮੈਂ ਬਣਾਉਣ ਲੱਗ ਪਿਆ ਤੇ ਗੁਜਾਰੇ ਲੈ ਇੱਕ ਐਵੇਂ ਜਿੱਦਾਂ ਹੁੰਦੇ ਨੇ ਬੱਚੇ ਬੱਚਿਆਂ ਤੋਂ ਜਰਾ ਬੈਟਰ ਤੇ ਜਿਸ ਵੇਲੇ 5:00 ਵਜੇ ਤੇ ਉਠਣ ਲੱਗੇ ਤੇ ਉਹਨੇ ਜਿਹੜੇ 2-3 ਸਕੈਚ ਜਿਹੜੇ ਸੀ ਜਿਹੜੇ ਠੀਕ ਨਹੀਂ ਸੀ ਬਨੇ ਉਹ ਉਹਨੇ ਐਸਿਡ ਦਿੱਤੇ ਬਾਕੀ ਉਹਨੇ ਆਪਣੇ ਗੋਲ ਕਰਕੇ ਥੈਲੇ 'ਚ ਪਾ ਲਏ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਲੈ ਲਵਾਂ ਉਹਨੇ ਕਿਹਾ ਹਾਂ ਲੈ 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 ਲੋ ਮੈਂ ਉਹਨਾਂ ਲੈ ਰਾਤ ਨੂੰ ਮੈਂ ਉਸੇ ਉਹਨਾਂ ਦੇ ਨਾਲ ਹੀ ਰੈਸਟ ਹਾਊਸ ਵਿੱਚ ਉਹਨਾਂ ਦੇ ਵਰਾਂਡੇ 'ਚ ਸੌਂ ਗਿਆ ਅਗਲੇ ਦਿਨ ਫਿਰ ਮੈਂ 700 ਰੁਪਏ ਤਰਫ ਆ ਤੇ ਵਿਦਿਸ਼ਾ ਪਹੁੰਚਿਆ ਵਿਦਿਸ਼ਾ ਦੇ ਪੁਰਾਣੇ ਮੰਦਰ ਦੇਖੇ ਫਿਰ ਸਾਂਚੀ ਪਹੁੰਚਿਆ ਸਾਂਚੀ ਦੇ ਵਿੱਚ ਮਹਾਤਮਾ ਬੁੱਧ ਉਹਦਾ ਬੁੱਧਿਸਤ ਜਿਹੜੇ ਨੇ ਸਤੂਪ ਬਗੇ ਨੇ ਤੇ ਜਿਨੇ ਕਿ ਮੈਂ ਇਸ ਤਰੀਕੇ ਨਾਲ ਮੈਨੂੰ ਉਸ ਤੋਂ ਪਹਿਲਾਂ ਹਿਸਟਰੀ ਦਾ ਬਿਲਕੁਲ ਨਹੀਂ ਸੀ ਪਤਾ ਨਾ ਮੈਂ ਹਿਸਟਰੀ ਪੜ੍ਹੀ ਸੀ ਲੇਕਿਨ ਹੁਣ ਮੈਂ ਹਿਸਟਰੀ ਦੇ ਵਿੱਚੋਂ ਇਤਿਹਾਸ ਵਿੱਚੋਂ ਨੰਗ ਰਿਹਾ ਹਾਂ ਇਹ ਇਤਿਹਾਸ ਵੀ ਹੈ ਤੇ ਆਰਟ ਵੀ ਹੈ ਕਲਾ ਵੀ ਹੈ ਯਾਨੀ ਕਿ ਬਹੁਤ ਸੋਹਣਿਆ ਸੁਨਿਆ ਉੱਥੇ ਸਟੈਚੂ ਨੇ ਜਿਹੜਾ ਗਿਆਰਸਪੁਰ ਦਾ ਮੈਂ ਇੱਕ ਸਟੈਚੂ ਦੇਖਿਆ ਉਹ ਇਤਨਾ ਖੂਬਸੂਰਤ ਸੀਗਾ ਇਤਨਾ ਖੂਬਸੂਰਤ ਕਿ ਉਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਚੁੱਕ ਕੇ ਗਵਾਲੀਅਰ ਮਿਊਜ਼ੀਅਮ ਨੇ ਸ਼ੀਸ਼ੇ ਦੇ ਵਿੱਚ ਜੜ ਕੇ ਰੱਖ ਲਿਆ ਤੇ ਇਥੋਂ ਦਾ ਜਿਹੜਾ ਮੱਧ ਪ੍ਰਦੇਸ਼ ਦਾ ਐਮਪੋਰੀਅਮ ਹੈ ਉਥੇ ਉਸ ਦੀ ਬਹੁਤ ਵੱਡੀ ਉਸੇ ਦੀ ਨਕਲ ਜਿਹੜੀ ਉਹਨਾਂ ਨੇ ਬਣਾ ਕੇ ਲਾਈ ਹੋਈ ਹੈ ਤੇ ਖੈਰ ਸਾਂਚੀ ਵਿੱਚ ਮੈਂ ਆ ਮਹਾਤਮਾ ਬੁੱਧ ਦਾ ਨਾਮ ਦਾ ਸਤਾਜ ਉਹ ਸ਼ੋਕ ਦਾ ਬਣਿਆ ਹੋਇਆ ਉਹ ਪਿਗੋੜਾ ਜਿਹਨੂੰ ਕਹਿੰਦੇ ਨੇ ਤੇ ਉਹ ਮੈਂ ਦੇਖਿਆ ਉਹਦੇ ਬਾਰੇ ਪਤਾ ਪਤਾ ਲੱਗਾ ਉਸ ਤੋਂ ਬਾਅਦ ਫਿਰ ਮੈਂ ਉਥੋਂ ਤੁਰ ਪਿਆ ਤੁਰ ਪਿਆ ਤੁਰਦੇ 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 ਉਹ ਜਿਹੜੇ ਖਾਨਾ ਬਦੋਸ਼ ਹੁੰਦੇ ਆ ਖੋਤਿਆਂ ਦੇ ਉੱਤੇ ਇਥੋਂ ਦੇ ਖਾਨਾ ਬਦੋਸ਼ ਖੋਤਿਆਂ ਦੇ ਉੱਤੇ ਸਮਾਨ ਲੱਦਿਆ ਹੋਇਆ ਉਹਨਾਂ ਦਾ ਉਹਦੇ ਉੱਤੇ ਮੰਜਰ ਰੱਦਿਆ ਹੋਇਆ ਉਹਨਾਂ ਦੇ ਉੱਤੇ ਆਪਣੇ ਬੱਚੇ ਵੀ ਬੈਠੇ ਹੋਏ ਉਹਨਾਂ ਨਾਲ ਮੈਂ ਤੁਰਦਾ ਰਿਹਾ ਤੁਰਦਾ ਰਿਹਾ ਇੱਕ ਦਿਨ ਉਹਨਾਂ ਨਾਲ ਤੁਰਿਆ ਦੂਸਰੇ ਦਿਨ ਜਿਸਲੇ ਤੁਰ ਜਾ ਰਿਹਾ ਸੀ ਤੇ ਮੈਂ ਆਪਣੇ ਖੱਬੇ ਪਾਸੇ ਇਟਾਂ ਦਾ ਪੱਠਾ ਦੇਖਿਆ ਤੇ ਇਟਾਂ ਦਾ ਪੱਠਾ ਮੈਨੂੰ ਜਿੱਦਾਂ ਬੜਾ ਆਪਣਾ ਆਪਣਾ ਲੱਗਿਆ ਕਿਉਂਕਿ ਸਾਡੇ ਜਿਹੜੇ ਨਾਨਾ ਸੀ ਉਹਨਾਂ ਦਾ ਇਟਾਂ ਦਾ ਪੱਠਾ ਹੁੰਦਾ ਸੀ ਤੇ ਉੱਥੇ ਜਿਸਨੇ ਮੈਂ 4-5 ਸਾਲ ਦਾ ਸੀ ਖੇਡਾਂ ਕਰਦਾ ਸੀਗਾ ਤੇ ਮੈਂ ਉਹ ਜਿਹੜੇ ਖਾਨਾਬਦੋਸ਼ ਸੀਗੇ ਉਹਨਾਂ ਨੂੰ ਛੱਡ ਕੇ ਤੇ ਇਟਾਂ ਦੇ ਪੱਠੇ ਵਿੱਚ ਚਲਾ ਗਿਆ ਤੇ ਉਥੇ ਮੈਂ ਉਹਨੂੰ ਦੇਖਦੂ ਖੜਿਆ ਸੀਗਾ ਤੇ ਮੈਨੂੰ ਜਿਹੜਾ ਉਥੋਂ ਦਾ ਮੈਨੇਜਰ ਜੀ ਆਸੀ ਉਹਨੇ ਕੀ ਕਰ ਰਿਹਾ ਮੈਂ ਨੇ ਕਿਹਾ ਕਿ ਉਦੋਂ ਤੱਕ ਮੇਰੇ ਕੋਲ ਪੈਸੇ ਤਾਂ ਥੋੜੇ ਜਿਹੇ ਹੈਗੇ ਸੀਗੇ ਫਿਰ ਵੀ ਮੈਂ ਸੋਚਿਆ ਕਿ ਜੇ ਹੋਰ ਕਮਾ ਲਵਾਂ ਤੇ ਜਦੋਂ ਚੰਗਾ ਤੇ ਮੈਂ ਉਹਨੂੰ ਕਿਹਾ ਕਿ ਮੈਨੂੰ ਇੱਥੇ ਕੰਮ ਕਮ ਮਿਲ ਸਕਦਾ ਹੈ ਉਹਨੇ ਕਿਹਾ ਹਾਂ ਹੈ ਕਈ ਫੜ ਤੇ ਮਿੱਟੀ ਖੋਦ ਮਿਲ ਜਾਏਗਾ ਤੇ ਮੈਂ ਉਥੇ ਦੋ ਦਿਨ ਮਿੱਟੀ ਖੋਦ ਰਿਆ ਫਿਰ ਉਹਨੂੰ ਪਤਾ ਲੱਗਾ ਇਹ ਤਾਂ ਕੋਈ ਪੜਿਆ ਲਿਖਿਆ ਬੰਦਾ ਹੈ ਫਿਰ ਉਹਨੇ ਮੈਨੂੰ ਕਿਹਾ ਕਿ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਹੂੰ ਤੇ ਮੈਨੂੰ ਉਹਨੇ ਕਿਹਾ ਕਿ ਤੂੰ ਹਾਜ਼ਰੀ ਗੁਜ਼ਰੀ ਲਗਾਇਆ ਕਰ ਕਿੰਨੇ ਕਿੰਨੇ ਰਵਾਸ ਦਿੱਤੇ ਇਹ ਲਿਖਿਆ ਕਰ ਉਹਨੇ ਮੈਨੂੰ ਇਦਾਂ ਦਾ ਕੰਮ ਦਿੱਤਾ ਹੂੰ ਮੈਂ ਉੱਥੇ 15 20 ਦਿਨ ਕੰਮ ਕੀਤਾ ਤੇ ਫਿਰ ਜਦੋਂ ਪਤਾ ਲੱਗਾ ਕਿ ਮੈਂ ਤੇ ਬੰਬਈ ਜਾ ਰਿਹਾ ਸੀਗਾ ਆਰਟ ਕਾਲਜ ਦੇ ਵਿੱਚ ਦਾਖਲਾ ਲੈਣਾ ਸੀ ਉਹਦੇ ਦਿਲ ਵਿੱਚ ਕੁਝ ਮੇਰੇ ਬਾਰੇ ਰਹਿਮ ਆਇਆ ਉਹਨੇ ਮੈਨੂੰ ਤਨਖਾਹੀ ਦੇਤੀ ਨਾਲੇ 15 ਰੁਪਏ ਫालतू ਵੀ ਦੇ ਦਿੱਤੇ ਤੇ ਭੋਪਾਲ ਫਿਰ ਮੈਂ ਉਥੋਂ ਟ੍ਰੇਨ ਫੜ ਕੇ ਬੰਬੇ ਪਹੁੰਚ ਗਿਆ ਤੇ ਹੁਣ ਦਿੱਲੀ ਉਸ ਵੇਲੇ ਬਹੁਤ ਛੋਟਾ ਜਿਹਾ ਹੁੰਦਾ ਸੀ ਅੱਜ ਤਾਂ ਸੱਤ ਪੰਜ ਸਾਲ ਪਹਿਲਾਂ ਜਿੰਨੇ ਤੁਹਾਨੂੰ ਲੱਗੇ ਲੋਧੀ ਰੋਡ ਤੱਕ ਦਿੱਲੀ ਸੀਗੀ ਉਸ ਤੋਂ ਬਹੁਤ ਕੁਛ ਨਹੀਂ ਸੀ ਤੇ ਬੰਬਈ ਤਾਂ ਲੰਡਨ ਵਰਗਾ ਚੈਰ ਤੇ ਜਿਸ ਵੇਲੇ ਉਥੋਂ ਉਤਰਿਆ ਤੇ ਮੈਂ ਪੁੱਛਿਆ ਵੀ ਮੈਂ ਕਿੱਥੇ ਰਾਤ ਨੂੰ ਠਹਿਰਨਾ ਇੱਕ ਸਰਦਾਰ ਮੁੰਡਾ ਸੀ ਮੈਂ ਹਨ ਪੁੱਛਿਆ ਵੀ ਤੂੰ ਪਹਿਲਾਂ ਬੰਬਈ ਆਇਆ ਹੈ ਕਦੀ ਕਹਿੰਦਾ ਹਾਂ ਮੈਂ ਬੰਬਈ ਆਇਆ ਸੀਗਾ ਪਰ ਮੈਂ ਹੁਣ ਮੇਰਾ ਭਰਾ ਇੱਥੇ ਰਹਿੰਦਾ ਤੇ ਪਰ ਮੈਂ ਪੜਾਣੇ ਜਾਣਾ ਮੈਂ ਗੁਰਦੁਆਰੇ ਠਹਿਰਾਗਾ ਮੈਂ ਕਿ ਗੁਰਦੁਆਰੇ ਠਹਿਰਾਗਾ ਇਹਦਾ ਮਤਲਬ ਕਿ ਮੈਂ ਵੀ ਉੱਥੇ ਰਹਿ ਸਕਦਾ ਰਾਤੀ ਮੈਂ ਉਹ ਦਿਨ ਆਲੀ ਤੁਰਪਿਆ ਗੁਰਦੁਆਰੇ ਠਹਿਰਿਆ ਤੇ ਦੂਜੇ ਦਿਨ ਮੈਂ ਆਠ ਸਕੂਲ ਜਾਣਾ ਸੀਗਾ ਤੇ ਦਾਖਲਾ ਲੈਣ ਲਈ ਤੇ ਹੁਣ ਮੇਰੇ ਜਿਹੜੇ ਕੱਪੜੇ ਸੀਗੇ ਵੀ ਦਿਨ ਤੋਂ ਦਾਰੇ ਆਤੇ पता नहीं पंजी दिन तुरता रहा मैले हो गए फट गए मैं उन्होंने कहा यार मैंने अपना कमीज तो दे, दे। ते पान लए, मैं इंटर जाना आर्ट स्कूल कमीज उन्हें मैंने दे दी मैं अगले दिन आर्ट स्कूल गया आर्ट स्कूल उन्हें क्या कि तुम तो बहुत देर बाद आए हो डेढ़ महीना पहले था एक महीना पहले था दाखला अब तो एक महीना गुजर गया ਤੇ ਮੈਨੂੰ ਥੋੜਾ ਜਿਹਾ ਗੱਪਾ ਮਾਰ ਕੇ ਥੋੜਾ ਵਧਾ ਚੜਾ ਕੇ ਵਧਾ ਜਾਣ ਦੀ ਲੋੜ ਵੀ ਨਹੀਂ ਰਹੀ ਬਲਕਿ ਘਟ ਗਿਆ ਤੇ ਮੈਂ ਇਸ ਤਰ੍ਹਾਂ ਮੈਨੂੰ ਦੇਰ ਹੋ ਗਈ ਇਹਦਾ ਅੱਛਾ ਅੱਛਾ ਤੋ ਤੁਮ ਕੋਈ ਕੰਮ ਜਾਣਤੇ ਹੋ ਕਿ ਪਹਿਲੇ ਡ੍ਰੈਨ ਕੀਤਾ ਹੈ ਤੇ ਉਹ ਜਿਹੜਾ ਮੈਨੂੰ ਦਿੱਤਾ ਸੀ ਨਾ ਗਿਆਰਸਪੁਰ ਦੇ ਵਿੱਚ ਇੱਕ ਆਰਟਿਸਟ ਨੇ ਔਰ ਡਰਾਇੰਗ ਕੋਨੇ ਕੀਤੀ ਹੋਈ ਤੇ ਸੁੱਟਿਆ ਹੋਇਆ ਸੀ ਤੇ ਮੇਰੇ ਕੋਲ ਸੀ ਮੈਂ ਉਹਨੂੰ ਕਿਹਾ ਹਾਂ ਹਾਂ ਮੈਨੇ kiya ਹੋਇਆ ਤੇ ਉਹ ਵੀ ਆਪਣੇ ਦੇ ਤਾਂ ਉਹ ਦਿਖਾ ਦਿੱਤਾ 1100 ਪਰ ਵਾਲਾ ਕਿਸੇ ਆਰਟਿਸਟ ਦਾ ਬਣਿਆ ਉਹ ਮੈਨੂੰ ਉੱਥੇ ਐਡਮਿਸ਼ਨ ਮਿਲ ਗਈ ਐਡਮਿਸ਼ਨ ਮਿਲ ਗਈ ਤੇ ਹੁਣ ਮੈਂ ਰਹਿਣਾ ਸੀ ਤੇ ਉੱਥੇ ਇੱਕ ਸ਼ੇਰੇ ਪੰਜਾਬ ਹੋਟਲ ਹਾਲੇ ਵੀ ਹੈਗਾ ਉੱਥੇ ਮੈਨੂੰ 2 ਰੁਪਏ ਦਾ ਕਮਰਾ ਉਸਰੇ ਲ ਮਿਲਿਆ ਤਾਂ ਮੈਂ ਨੇ ਇੱਕ ਬੜਾ ਦੱਸਦਾ ਉਹ ਹੋਟਲ ਦੇ ਵਿੱਚ ਸ਼ੇਰੇ ਪੰਜਾਬ ਹੋਟਲ 2 ਰੁਪਏ ਦਾ ਕਮਰਾ ਮਿਲਿਆ ਤੇ ਉਹ 5 ਸਾਲ ਪਹਿਲਾਂ ਮੇਰੀਆਂ ਪੇਂਟਿੰਗ ਦੋ ਪਿੰਡਾਂ ਦਾ ਕਿਸੇ ਆਰਟ ਗੈਲਰੀ ਨੇ ਬੰਬਈ ਚ ਖਰੀਦੀਆਂ ਆਰਟ ਗੈਲਰੀ ਸਿੱਖ ਰਜ਼ਾਰ ਦੀ ਸੀਗੀ ਉਹਨੇ ਆਰਟ ਗੈਲਰੀ ਦੇ ਮੇਰੇ ਉਹ ਪੇਂਟਿੰਗਾਂ ਲੈ ਕੇ ਤੇ ਮੈਂ ਕਿਹਾ ਕਿ ਚੱਤ ਨੂੰ ਮੇਰੇ ਨਾਲ ਚੱਲੋ ਫਿਰ ਲੰਚ ਕਰਦੇ ਆ ਲੰਚ ਕਰਨ ਗਿਆ ਤੇ ਉਸੇ ਹੋਟਲ ਦੇ ਵਿੱਚ ਜਿੱਥੇ ਮੈਂ ਪਹਿਲਾਂ ਠਹਿਰਿਆ ਸੀਗਾ ਦੌਰਪੇ ਤੇ ਉਹ ਹੋਟਲ ਜਿਹੜਾ ਸੀ ਨਾ ਉਸ ਦੇ ਕਜ਼ਨ ਬਰਦਰ ਦਾ ਸੀਗਾ ਯਾਨੀ ਕਿ ਜਿੱਥੇ ਪਹਿਲਾਂ ਮੈਂ ਦੌਰਪੇ ਠਹਿਰਿਆ ਸੀ ਹੁਣ ਮੈਂ ਐਸੇ ਗੈਸਟ ਠਹਿਰਿਆ ਖੈਰ ਤੋ ਉੱਥੇ ਆਰਟ ਕਾਲਜ ਦੇ ਵਿੱਚ ਮੈਂ 6 7 ਮਹੀਨੇ ਪੜਿਆ ਮੇਰੇ ਪੇਟ ਖਰਾਬ ਹੋ ਗਿਆ ਰਹਿਣ ਲੇਤੰਗੀ ਜਗ੍ਹਾ ਨੇ ਸੀ ਕਿ ਖਾਣਾ ਖੂਣਾ ਕਿਤੇ ਦੁੱਧ ਦੁੱਧ ਲੱਸੀ ਸਭ ਕੁਝ ਅੰਦਾਜ਼ੀ ਉਥੇ ਚਾਹ ਤੇ ਉਹ ਖਾਣਾ ਖੂਣਾ ਪੇਟ ਖਰਾਬ ਹੋ ਗਿਆ ਤੇ ਉਧਰੋਂ ਮਾਂ ਵੀ ਕਹਿਣ ਲੱਗ ਪਈ ਪੁੱਤਰ ਆ ਜਾ ਵਗੈਰਾ 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 ਮੈਂ ਵਿੱਚੋਂ ਛੱਡ ਕੇ ਆ ਗਿਆ ਤੇ ਲੇਕਿਨ ਉਹਨਾਂ ਨੇ ਜਿਹੜੇ ਆ ਉਥੋਂ ਦਾ ਪ੍ਰਿੰਸੀਪਲ ਸੀ ਉਹਨੇ ਮੈਨੂੰ ਇਹ ਇਜਾਜ਼ਤ ਦਿੱਤੀ ਕਿ ਜੇ ਮੈਂ 6 ਪੇਪਰ ਹੰਦ ਸੀ ਆਖ ਦੇ ਐਂ ਨੀਆਂ ਚੀਜ਼ਾਂ ਲਿਖ ਕੇ ਪੇਂਟਿੰਗ ਬਣਾ ਕੇ ਉਹਨਾਂ ਨੂੰ ਭੇਜਦਾ ਰਵਾਂ ਤੇ ਉਹ ਅਪਰੂਵ ਕਰਦੇ ਰਹਿਣ ਤਾਂ ਮੈਂ ਐਗਜ਼ਾਮ ਦੇਣ ਜਾ ਸਕਦਾ ਤੇ ਫਿਰ ਮੈਂ ਮਤ ਐਗਜ਼ਾਮ ਦੇ ਕੇ ਅਗਲੀ ਪਾਸ ਹੋ ਜਾਵਾਂ ਅੱਗੇ ਫਿਰ ਪੜ੍ਹ ਜਾ ਸਕਦਾ ਸੋ ਮੈਂ ਫਿਰ ਇੱਥੇ ਆਰਟ ਕਾਲਜ ਆਰਟ ਟੀਚਰ ਜਿੰਦਾ ਹੁੰਦਾ ਨਾ ਗੁਰਮ ਪਰਪਰਾ ਗੁਰੂ ਸ਼ਿਸ਼ਪਨ ਪਰੰਪਰਾ ਦੇ ਹਿਸਾਬ ਨਾਲ ਆਰਟ ਸਿੱਖਦਿਆ ਪਰ ਨਾਲ ਮੈਂ ਨੌਕਰੀ ਵੀ ਜਾਇਨ ਕਰ ਲਈ ਤੇ ਮੈਨੂੰ ਨੌਕਰੀ ਵੀ ਇੱਥੇ ਮਿਲ ਗਈ ਐਜ਼ ਐਨ ਆਰਟਿਸਟ ਤੇ ਪਹਿਲੀ ਤਨਖਾਹ ਮੇਰੀ 50 ਰੁਪਏ ਮਹੀਨਾ ਸੀ ਹੌਲੀ 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 ਵੱਧ ਗਈ ਤੇ ਫਿਰ ਕਿਸਮਤ ਇਸ ਤਰ੍ਹਾਂ ਦੀ ਹੋਈ ਕਿ ਮੈਨੂੰ ਦੁਨੀਆਂ ਦੇ ਸਭ ਤੋਂ ਰਿਚ ਕੰਪਨੀ ਦੇ ਵਿੱਚ ਨੌਕਰੀ ਮਿਲ ਗਈ ਸਭ ਤੋਂ ਵੱਡੀ ਕੰਪਨੀ ਹਿੰਦੁਸਤਾਨ ਦੀ ਨਹੀਂ ਦੁਨੀਆਂ ਦੀ ਪੁੱਛੋ ਕਿ ਕਿਹੜੀ ਉਹ ਸੀ ਕਿ ਯੂਨੈਸਕੋ ਯੁਨੇਸਕੋ ਦੇ ਵਿੱਚ ਮੈਨੂੰ ਨੌਕਰੀ ਮਿਲ ਗਈ ਉਹ ਵੀ ਕਿਸ ਤਰ੍ਹਾਂ ਕਿ ਇੱਕ ਵਾਰੀ ਯੁਨੇਸਕੋ ਦਾ ਕੁਝ ਕੰਮ ਨਿਕਲਿਆ ਛੋਟਾ ਮੋਟਾ ਤੇ ਉਹ ਮੈਂ ਕੀਤਾ ਤੇ ਜਿਸ ਵੇਲੇ ਉਹਨਾਂ ਦੀ ਨੌਕਰੀ ਜੌਬ ਸੀ ਤੇ ਮੈਨੂੰ ਪਤਾ ਲੱਗਾ ਮੈਂ ਵੀ ਅਪਲਾਈ ਕਰ ਦਿੱਤਾ ਤੇ ਸਮ ਹੋ ਮੇਰੀ ਉੱਥੇ ਉਹ ਮੈਨੂੰ ਨੌਕਰੀ ਮਿਲ ਗਈ ਤੇ ਮੈਂ ਉੱਥੇ 20 ਸਾਲ ਕੰਮ ਕੀਤਾ ਉਸ ਤੋਂ ਪਹਿਲਾਂ 5 ਸਾਲ ਇਥੇ ਕੀਤਾ ਸੀ ਯਾਨੀ 25 ਸਾਲ ਕੰਮ ਮੈਂ ਕੀਤਾ ਤੇ ਮੇਰੇ ਦਿਲ ਜਿਹੜਾ ਸੀ ਨਾ ਉਹ ਉਹਦੇ ਵਿੱਚ ਮੈਂ ehm ਸ਼ੌਂਕ ਪਾ ਗਿਆ ਸੀ ਟਰੈਵਲ ਕਰਨ ਦਾ ਪਹਾੜਾਂ ਵਿੱਚ ਸੈਰ ਕਰਨ ਦਾ ਪਹਾੜਾਂ ਵਿੱਚ ਘੁੰਮਦਾ ਫਿਰਦਾ ਵੀ ਰਿਹਾ ਤੇ ਮੈਂ 25 ਸਾਲ ਨੌਕਰੀ ਕਰਦਿਆਂ ਕਰਦੇ ਅੱਖ ਗਿਆ ਅੱਖਾਂ ਵੀ ਖਰਾਬ ਹੋ ਗਈਆਂ ਥੋੜੀਆਂ ਥੋੜੀਆਂ ਪੇਟ ਵੀ ਖਰਾਬ ਰਹਿਣ ਲੱਗ ਪਿਆ ਤੇ ਮੈਂ ਸੋਚਿਆ ਕਿ ਜ਼ਿੰਦਗੀ ਯਾਰ ਇਹ ਉਹ ਸਿਰਫ ਪੈਸਾ ਕਮਾਉਣ ਦੇ ਲਈ ਨਹੀਂ ਹੁੰਦੀ ਕਿ ਤੁਸੀਂ ਬੰਦੇ ਹੋਰ ਤੇ ਪੈਸਾ ਕਮਾਓ ਸ਼ਾਦੀ ਕਰੋ ਬੱਚੇ ਹੋਏ ਬੁੱਢੇ ਹੋ ਗਏ ਤੇ ਜੈ ਰਾਮ ਜੀ ਕੀ ਹੋ ਗਈ ਸੋ ਮੈਂ ਇਹ ਇਹ ਨਹੀਂ ਕਰਨਾ ਸੋ ਮੈਂ ਬੜੀ ਅਚੀ ਨੌਕਰੀ ਜੀ ਨੂੰ ਕਹਿੰਦੇ ਸੀ ਨਾ ਕਿ ਜੇ ਤੂੰ 15 ਸਾਲ ਹੋਰ ਨੌਕਰੀ ਕਰ ਲੈ ਤੇ ਤੈਨੂੰ ਪੈਨਸ਼ਨ ਮਿਲੇਗੀ ਹੈ ਡਾਲਰਾਂ ਦੇ ਵਿੱਚ ਪੈਨਸ਼ਨ ਮਿਲੇਗੀ ਮੈਂ 15 ਸਾਲ ਤਵੇਜਦਾ ਮੈਂ ਬੁੱਢਾ ਹੋ ਜਾਊਗਾ ਤੇ ਮੈਂ ਪੈਨਸ਼ਨ ਨੂੰ ਕੀ ਲੈ ਕੇ ਕੀ ਕਰਾਂਗਾ ਮੈਂ ਨੌਕਰੀ ਤੋਂ ਅਸਤੀਫਾ ਦੇ ਦੂੰਗਾ ਛੱਡ ਦੂੰਗਾ ਤੇ ਡਲੋਜ਼ੇ ਦੇ ਵਿੱਚ ਇੱਕ ਹੋਟਲ ਖਰੀਦਿਆ ਕਿਉਂਕਿ ਅਸੀਂ ਉੱਥੇ ਠਹਿਰਦੇ ਹੁੰਦੇ ਸੀ ਕਿ ਮੈਂ ਤੇ ਮਨਜੀਤ ਦੋਨੋਂ ਜਿਸ ਵੇਲੇ ਸੈਰ ਕਰਨ ਜਾਣਾ ਪਹਾੜਾਂ ਦੇ ਤੇ ਉਹ ਹੋਟਲ ਵਿੱਚ ਦੋ ਤਿੰਨ ਵਾਰ ਠਹਿਰੇ ਸੀ ਇੱਕ ਵਾਰੀ ਤਾਂ ਪਤਾ ਲੱਗਾ ਵੀ ਇਹ ਹੋਟਲ ਵਿਕਾਊ ਹੈ ਤੇ ਅਸੀਂ حسابਸੇ ਲਗਾਇਆ ਇੱਕ ਪਾਸੇ ਪੂਸੇ ਇਕੱਠੇ ਕਰ ਕਰ ਸਕਦੇ ਕਿ ਨਹੀਂ ਸੋ ਅਸੀਂ ਉਹ ਮੈਂ ਨੌਕਰੀ ਛੱਡਤੀ ਨੌਕਰੀ ਛੱਡਣ ਤੇ ਮੈਨੂੰ ਕੁਝ ਪੈਸਾ ਮਿਲਿਆ ਕੁਝ ਉਹ ਇੰਗਲੈਂਡ ਤੋਂ ਲਿਆ ਸੀ ਅਸੀਂ ਉਹ ਹੋਟਲ ਖਰੀਦ ਲਿਆ ਹੋਟਲ ਖਰੀਦ ਕੇ ਉਹਨੂੰ 45 ਸਾਲ ਹੋ ਗਏ ਤੇ ਉੱਥੇ ਡਲੋਸੀ ਰਹਿੰਦੇ ਆ ਤੇ ਉਹਦੇ ਫਾਇਦਾ ਸਾਨੂੰ ਇਹ ਹੋਇਆ ਕਿ ਸਾਰਾ ਸਮਾਂ ਸਾਡੇ ਕੋਲ ਆਪਣਾ ਚਾਹੇ ਸੈਰ ਕਰੋ ਚਾਹੇ ਕੁਮਮੋ ਫਿਰੋ ਚਾਹੇ ਲਿਖੋ ਚਾਹੇ ਪੇਂਟਿੰਗ ਕਰੋ ਕੁਝ ਵੀ ਕਰੋ ਸਾਰਾ ਸਮਾਂ ਆਪਣਾ ਇਹ ਸਾਨੂੰ ਫਾਇਦਾ ਹੋਇਆ ਤੇ ਉਹ ਅਸੀਂ ਮੈਂ ਫਿਰ ਉਧਰ ਜਾ ਕੇ ਪਹਿਲਾਂ ਤਾਂ ਘੁੰਮਦਾ ਰਿਆ ਜਦੋਂ ਇਹਨਾਂ ਨੇ ਕਿਹਾ ਕਿ ਮੈਂ ਲਿਖ ਰਿਹਾ 25 55 ਸਾਲ ਦੀ ਉਮਰ ਵਿੱਚ ਕੀਤਾ 55 ਸਾਲ ਤੱਕ ਮੈਂ ਘੁੰਮਦਾ ਫਿਰਦਾ ਰਿਆ ਘੁੰਮਣ ਫਿਰਨ ਦੇ ਵਿੱਚ ਸਾਰਾ ਹਿੰਦੁਸਤਾਨ ਤਾਂ ਦੇਖਿਆ ਸਾਰਾ ਆਸਾਮ ਦੇਖਿਆ ਸਾਰਾ ਨੇਪਾਲ ਦੇਖਿਆ ਫਿਰ ਇੱਕ ਵਾਰੀ ਸੋਚਿਆ ਕਿ ਦੁਨੀਆਂ ਦੇ ਸੈਰ ਕਰਨੀ ਚਾਹੀਦੀ ਹੈ ਫਿਰ ਮੈਂ ਇੱਥੋਂ ਇੰਡੀਆ ਤੋਂ ਲੰਡਨ ਤੱਕ ਬਾਈ ਰੋਡ ਗਿਆ ਤਿੰਨ ਮਹੀਨੇ ਤੱਕ ਸੈਰ ਹੀ ਕਰਦਾ ਰਿਆ ਤੇ ਫਿਰ ਵਾਪਸੀ ਦੇ ਵਿੱਚ 2 ਮਹੀਨੇ ਫਿਰ ਮੈਂ ਵਾਪਸੀ ਦੇ ਵਿੱਚ ਈਰਾਨ ਅਫਗਾਨਿਸਤਾਨ ਤੋਂ ਹੋ ਕੇ ਆਇਆ ਸੋ ਇੱਕ ਜਿਹੜਾ ਇੰਟਰਸਟ ਹੁੰਦਾ ਨਾ ਯਾਤਰਾ ਦੇ ਉੱਤੇ ਉਹ ਪੈ ਗਿਆ ਉਸ ਤੋਂ ਪਹਿਲਾਂ ਪੇਂਟਿੰਗ ਕਰਦੇ ਕਰਦੇ ਪਹਾੜਾਂ ਦੇ ਵਿੱਚ ਵੀ ਯਾਤਰਾ ਕਰਨ ਦਾ ਇੰਟਰਸਟ ਪੈਦਾ ਹੋ ਗਿਆ ਸੀਗਾ ਸੋ ਹੁਣ ਮੈਂ ਸਾਹਤ ਵਾਲਾ ਮਾਂ ਜਿੱਦਾਂ ਇਹਨਾਂ ਨੇ ਕਿਹਾ ਕਿ ਮੈਂ ਲਿਖਣਾ 55 ਸਾਲ ਦੀ ਉਮਰ ਕੀਤਾ ਸਾਹਿਤ ਪੜੰਦਾ ਸ਼ੌਕ ਸੀ ਸਾਰੇ ਪੜੀਆਂ ਕਿਤਾਬਾਂ ਪੜੀਆਂ ਪੰਜਾਬੀ ਦੀਆਂ ਹਿੰਦੀ ਦੀਆਂ ਇੰਗਲਿਸ਼ ਦੀਆਂ ਮੇਰੇ ਜਿਹੜੇ ਟੀਚਰ ਸੀ ਬੜੇ ਮਸ਼ਹੂਰ ਆਦਮੀ ਡਾਕਟਰ ਹਰਪ੍ਰੀਤ ਸਿੰਘ ਦਾ ਨਾਮ ਸੱਜਿਆ ਹੋਣਾ ਉਹਨਾਂ ਕੋਲੋਂ ਮੈਂ ਪੜਿਆ ਲੇਕਿਨ ਸਕੂਲ ਚ ਕਾਲਜ ਵਿੱਚ ਨਹੀਂ ਤੇ ਇਹਨਾਂ ਦਰਮਿਆਨ ਮੈਂ ਤਾਂ ਕਿ 10वीं ਤੱਕ ਹੀ ਪੜਿਆ ਬਾਕੀ ਐਮ ਐਮ ਕੀਤੀ ਹੈ ਪ੍ਰਾਈਵੇਟਲੀ ਕੀਤੀ ਸੋ ਸਾਹਿਤ ਦਾ ਪੜਨ ਦਾ ਸ਼ੌਕ ਜ਼ਰੂਰ ਸੀ ਕਿ ਜਿੱਥੇ ਵੀ ਜਾਣਾ ਜਦਾਂ ਮੈਂ ਗਿਆ ਇੱਕ ਵਾਰੀ ਕਿਤੇ ਦੇ ਉੱਥੇ ਮੈਂ ਦੇਖੇ تھے ਪੁਰਾਣੇ ਸਾਹਿਤ ਦਾ ਸ਼ੌਕ ਜਿਹੜਾ ਸੀ ਉਹਦੇ ਨਾਲ ਹੀ ਹਿਸਟਰੀ ਦਾ ਵੀ ਸ਼ੌਕ ਹੋ ਗਿਆ ਕਿ ਸ਼ੁਰੂ ਸ਼ੁਰੂ ਦੇ ਵਿੱਚ ਸਾਰੇ ਹਿਸਟੋਰੀਕਲ ਪਲੇਸਸ ਦੇਖੇ ਤੇ ਮੈਂ ਫਿਰ ਐਮਏ ਵੀ ਹਿਸਟਰੀ ਦੀ ਕੀਤੀ ਹਿਸਟਰੀ ਵਿਸ਼ਾ ਹੋ ਗਿਆ ਤੇ ਮੈਂ ਇੱਕ ਵਾਰ ਜਿਸ ਵੇਲੇ ਵਾਲਗਾ ਸੀ ਗੰਗਾ ਕਿਸ ਨੇ ਪੜ੍ਹੀ ਹੋਈ ਹੈ ਕਿਤਾਬ ਸੋ ਵਾਲਗਾ ਸੀ ਗੰਗਾ ਹਿੰਦੁਸਤਾਨ ਦੀ ਸਭ ਤੋਂ ਮਸ਼ਹੂਰ ਰਾਈਟਰ ਦੀ ਸਭ ਤੋਂ ਮਸ਼ਹੂਰ ਕਿਤਾਬ ਹੈ ਤੇ ਵਾਲਗਾ ਸੀ ਗੰਗਾ ਰਾਹੁਲ ਸਿੰਘ ਕਰਤਾਹਿੰਦੀ ਸੋ ਉਹ ਮੈਂ ਪੜੀ ਤੇ ਮੈਂ ਦਿਲ ਵਿੱਚ ਬੈਠ ਗਿਆ ਕਿ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖਾਂਗਾ ਯਾਨੀ ਕਿ ਹਿਸਟਰੀ ਦੇ ਤੇ ਮੈਂ ਹੋਰ ਇੱਥੇ ਬੈਸ ਤੇ ਪਹਿਲਾਂ ਦੀਆਂ ਕਹਾਣੀਆਂ ਮੇਰੀਆਂ ਆਮ ਜਿਸਾ ਹੁੰਦੀਆਂ ਨੇ ਉਹ ਨੇ ਲੇਕਿਨ ਉਹਨਾਂ ਵਿੱਚ ਵੀ ਜ਼ਿਆਦਾਤਰ ਟਰੈਵਲ ਦੀ ਗੱਲਾਂ ਜ਼ਿਆਦਾ ਹੁੰਦੀਆਂ ਨੇ ਤੇ 1984 ਜਦੋਂ ਆਇਆ ਤੇ ਹਿੰਦੂ ਤੇ ਸਿੱਖਾਂ ਦੇ ਵਿੱਚ ਵੀ ਜਿਹੜੇ ਬੜੇ ਪ੍ਰੇਮ ਨਾਲ ਸੁਧੀਆਂ ਤੋਂ ਰਹਿ ਰਹੇ ਨੇ ਉਹਨਾਂ ਦੇ ਵਿੱਚ ਵੀ ਡਿਫਰੈਂਸ ਆਨੇ ਸ਼ੁਰੂ ਹੋ ਗਿਆ ਹੈ ਹਿੰਦੂਆਂ ਮੁਸਲਮਾਨਾਂ ਵਿੱਚ ਤਾਂ ਪਹਿਲਾਂ ਹੀ ਆ ਗਏ ਹੋਏ ਸੀਗੇ ਤੇ ਮੈਂ ਇਹਨੂੰ ਲੱਗਿਆ ਕਿ ਜਿਹੜੇ ਮੁਸਲਮਾਨ ਨੇ ਉਹ ਸੋਚਦੇ ਨੇ ਹਿੰਦੁਸਤਾਨ ਦੀ ਹਿਸਟਰੀ ਜਿਹੜੀ ਹੈ ਉਹਨਾਂ ਦੀ ਉਹ ਤੇ ਮਹਮੂਦ ਗਜ਼ਨਵੀ ਤੋਂ ਸ਼ੁਰੂ ਹੁੰਦੀ ਹੈ ਜਦ ਸਿੱਖ ਜਿਹੜੇ ਨੇ ਹਿਸਟਰੀ ਜਿਹੜੀ ਆ ਉਹ ਉਹਨਾਂ ਤੋਂ ਸ਼ੁਰੂ ਹੁੰਦੀ ਹੈ ਤੇ ਲੇਕਿਨ ਪੰਜਾਬ ਦਾ ਜਿਹੜੇ ਸ੍ਰੀ ਹੈ ਉਹਦਾ ਵੇਦਿਕ ਕਾਲ ਤਾਂ ਸਿਰਫ ਹੁੰਦੀ ਹੈ ਤੇ ਜਦੋਂ ਮੈਂ ਪੜਿਆ ਕਿ ਰਿਗ ਵੇਦ ਜਿਹੜਾ ਹੈ ਉਹ ਰਾਵੀ ਦੇ ਕੰਡੇ 'ਤੇ ਲਿਖਿਆ ਗਿਆ ਤੇ ਸਾਰੇ ਵੇਦ ਜਿਹੜੇ ਨੇ ਪੁਰਾਣੇ ਰਾਵੀ ਦੇ ਕੰਡੇ ਜਿੰਨੇ ਵੀ ਪੁਰਾਣੇ ਦਾਸਤਾਨ ਨੇ ਉਹਨਾਂ ਦੀਆਂ ਸਾਰੀਆਂ ਰਾਵੀ ਦੇ ਘਰ ਮੰਦਰ ਪੰਜਾਬ ਦੇ ਵਿੱਚ ਤੇ ਮੈਂ ਸੋਚਿਆ ਵੀ ਇਹ ਤਾਂ ਪੰਜਾਬ ਇਹਦਾ ਕੁਝ ਕਰਨਾ ਚਾਹੀਦਾ ਹੈ ਤੇ ਫਿਰ ਮੈਂ ਸੋਚਿਆ ਕਿ ਮੈਂ ਪੰਜਾਬ ਦੇ ਮਿਥੋਲੋਜੀ ਤੇ ਹਿਸਟਰੀ ਬਾਰੇ ਇਹ ਕਹਾਣੀਆਂ ਲਿਖਾਂਗਾ ਪਹਿਲਾਂ ਦੋਸਰੇ ਲਿਖਿਆ ਸੀ ਫਿਰ ਮੈਂ ਅਦਤ ਸੰਦਰੀ ਨਾਮ ਦੇ ਲਿਖੀਆਂ ਉਹਦੇ ਵਿੱਚ ਰਿਗਵੇਦ ਤੋਂ ਸ਼ੁਰੂ ਹੋ ਕੇ ਤੇ 13ਵੀਂ 14ਵੀਂ ਸਦੀ ਤੱਕ ਦੀਆਂ ਕਹਾਣੀਆਂ ਨੇ ਇਦਾਂ ਉਹ ਪਾਈਆਂ ਉਸ ਤੋਂ ਬਾਅਦ ਫਿਰ ਮੈਂ ਨਾਵਲ ਵੀ ਲਿਖੇ ਕਹਾਣੀਆਂ ਵੀ ਲਿਖੀਆਂ ਯਦਨਾਥ ਬੜਾ ਮਸ਼ਹੂਰ ਹੋਇਆ ਸਿਕੰਦਰ ਦੇ ਟਾਈਮ ਦਾ ਤੇ ਸਿਕੰਦਰ ਦੇ ਟਾਈਮ ਦਾ ਮਤਲਬ ਇੱਕ ਪੁਆਇੰਟ ਵੀ ਹੁੰਦਾ ਕਿ ਕਿਦਾਂ ਤੁਹਾਨੂੰ ਇਹ ਸੁਝਿਆ ਕਿ ਐਵੇਂ ਹਿਸਟਰੀ ਦੀ ਕਿਤਾਬ ਪੜਦੇ-ਪੜਦੇ ਇੱਕ ਜਗ੍ਹਾ ਪੜਿਆ ਇੱਕ ਸੈਂਟੈਂਸ ਕਿ ਉਹਦੀ ਆਖਰੀ ਲੜਾਈ ਸਿਕੰਦਰ ਦੀ ਜੰਡਾਲਾ ਹੋਈ ਸੀ ਤੇ ਜਨਾਲਾ ਦੇ ਲੋਕ ਜਿਹੜੇ ਸੀ ਗਨਤੰਤਰ ਗਨਤੰਤਰ ਸੀ ਤੇ ਉਹਨਾਂ ਨੇ ਉਹਨੂੰ ਇੰਨੀ ਜ਼ਬਰਦਸਤ ਫਾਈਟ ਦਿੱਤੀ ਕਿ ਸਿਕੰਦਰ ਨੇ ਕਿਹਾ ਕਿ ਦੂਜੀ ਫੌਜਾਂ ਨੇ ਕਿਹਾ ਕਿ ਛੋਟੇ ਜਿਹੇ ਗਨਤੰਤਰ ਜਿਹਨਾਂ ਸਾਨੂੰ ਸਖਤ ਮੁਕਾਬਲਾ ਕਰ ਸਕਦਾ ਹੈ ਤੇ ਅੱਗੇ ਤੇ ਵੱਡੀਆਂ-ਵੱਡੀਆਂ ਫੌਜਾਂ ਨੇ ਤੇ ਅਸੀਂ ਬਿਆਸ ਨੂੰ ਪਾਰ ਨਹੀਂ ਕਰਨਾ ਤੇ ਹੁਣ ਜਿਹੜਾ ਮੇਰਾ ਪਿੰਡ ਹੈ ਉਹ ਜੰਡਿਆਲਾ ਤੋਂ 13 ਕਿਲੋਮੀਟਰ ਹੈ 13 ਮੀਲ ਹੋਏਗਾ ਬਿਆਸ ਤੋਂ ਡਾਲਾ ਤੇ ਬਿਆਹ ਇਹ ਵੈਰਵਾਲ ਗੋਂਦਵਾਲ ਸਾਹਿਬ ਇੱਕੋ ਉਸ ਬੈਲਟ ਵਿੱਚ ਹੈ ਤਰਨਤਾਰਨ ਵਗੈਰਾ ਤੇ ਪੁਰਾਣਾ ਰਸਤਾ ਜਿਹੜਾ ਸੀਗਾ ਪਸ਼ਾਵਰ ਤੋਂ ਦਿੱਲੀ ਆਉਣ ਵਾਲਾ ਉਹ ਸਾਡੇ ਪਿੰਡ ਤੋਂ ਹੋ ਕੇ ਜਾਂਦਾ ਸੀ ਪੁਲ ਤਾਂ ਅੰਗਰੇਜ਼ਾਂ ਨੇ ਬਣਾਇਆ ਪਹਿਲਾਂ ਵੈਰਵਾਲ ਗੋਂਦਵਾਲ ਹੋ ਕੇ ਜਾਂਦਾ ਸੀਗਾ ਤੇ ਉਹ ਮੈਂ ਸੋਚਿਆ ਕਿ ਇਹਦਾ ਮਤਲਬ ਹੈ ਕਿ ਜੰਢਿਆਲਾ ਦੇ ਲੋਕਾਂ ਨੇ ਮਤਲਬ ਸਾਡੀ ਜਿਹੜੀ ਮੇਰੀ ਪਰਸਨਲ ਹਿਸਟਰੀ ਹੈ ਖਾਨਦਾਨ ਦੀ ਉਹ ਬਹੁਤ ਦੂਰ ਤੱਕ ਜਾਂਦੀ ਹੈ ਹੋ ਸਕਦਾ ਹੈ ਕਿ ਉਹਨਾਂ ਪਤਾ ਨਾ ਹੋਵੇ ਤੇ ਮੈਂ ਲੇਕਿਨ ਮੈਨੂੰ ਇਹ ਲੱਗਿਆ ਕਿ ਸਾਡੇ ਲੋਕਾਂ ਨੇ ਸਿਕੰਦਰ ਦੇ ਨਾਲ ਇਹ ਲੜਾਈ ਲੜੀ ਸੀਗੀ ਤੇ ਜੰਡਿਆਲਾ ਜਾ ਕੇ ਵੀ ਮੈਂ ਦੇਖ ਜੰਡਿਆਲੇ ਦੇ ਕੋਲ ਮੈਂ ਸੋਚਿਆ ਕਿ ਜੰਡਿਆਲਾ ਤਾਂ ਸ਼ਹਿਰ ਹੈਗਾ ਇੱਥੇ ਕੋਈ ਪੁਰਾਣਾ ਥੇ ਵੀ ਹੋਣਾ ਚਾਹੀਦਾ ਫਿਰ ਇੱਥੇ ਮੇਰਾ ਇੱਕ ਟੀ ਦੋਸਤ ਜੰਡਿਆਲੇ ਚ ਲੱਗਿਆ ਟੀਚਰ ਉਹਨੂੰ ਮੈਂ ਪੁੱਛਿਆ ਕਿ ਕੋਈ ਪੁਰਾਣੇ ਕਿਲੇ ਇੱਥੇ ਹੈਗੇ ਨੇ ਉਹਨੇ ਟੈਲੀਫੋਨ ਬਾਅਦ ਦਿਨਾਂ ਬਾਅਦ ਕੀਤਾ ਕਿ ਇੱਥੇ ਇੱਕ ਬਟਾਲਾ ਨਾਮ ਦਾ ਬਹੁਤ ਵੱਡਾ ਥੇ ਹੈਗਾ 35 ਫੁੱਟ ਚਾ ਉਥੇ ਪਿੰਡ ਹੋਸਿਆ ਹੋਇਆ ਉੱਥੇ ਜਾ ਕੇ ਦੇਖਿਆ ਤਾਂ ਤੇ ਵਾਕਈ ਉਹਦੇ ਥੱਲੇ ਜਿਹੜੇ ਨੇ ਉਹ ਥੇ ਹੈਗੇ ਨੇ ਪੁਰਾਣੇ ਯਾਨੀ ਉਹ ਉਹ ਪੁਰਾਣਾ ਸੀਗਾ ਤੇ ਮੈਂ ਸੋਚਿਆ ਕਿ ਇਹਦੇ ਬਾਰੇ ਲਿਖਣਾ ਚਾਹੀਦਾ ਹੈ ਕੁਝ ਤੇ ਫਿਰ ਮੈਂ ਉਹ ਜੁਦਨਾਤ ਲਿਖਿਆ ਕਿ ਪਰਸਨਲ ਤਾਂ ਆ ਗਿਆ ਕਿ ਸਾਡੇ ਲੋਕਾਂ ਨੇ ਕੀਤੀ ਸੀ ਉਹਦੇ ਨਾਲ ਜੰਗ ਲੜਾਈ ਤਾਂ ਹੋਰ ਵੀ ਕੋਈ ਨਾ ਕੋਈ ਨਿਸ਼ਾਨ ਮਿਲ ਹੀ ਜਾਂਦਾ ਹੈ ਔਰ ਕੁਝ ਪੁੱਛਣਾ ਹੋਵੇ ਕਿਸੇ ਨੇ ਸਰ ਕੋਈ 4-5 ਹਜੀਆਂ ਥਾਵਾਂ ਦੇ ਨਾਮ ਦੱਸ ਦਿਓ ਜਿਹੜੀਆਂ ਹਰ ਬੰਦੇ ਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ ਨੇ ਤੁਸੀਂ ਤਾਂ ਇੰਨਾ ਘੁੰਮੇ ਆ ਤੇ ਸਾਰੇ ਕਿਤੇ ਤਾਂ ਸੀ ਨਹੀਂ ਜਾ ਸਕਦੇ ਹੈ ਜਿਹੜੀਆਂ ਵੀ ਮਸਟ ਨੇ ਹਾਂ ਇਹ ਤਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਨੇ ਹਿੰਦੁਸਤਾਨ ਦੇ ਹੈ ਹਿੰਦੁਸਤਾਨ ਦੇ ਦੱਸੋ ਹਿੰਦੁਸਤਾਨ ਦੀਆਂ ਦੱਸ ਦਿਓ ਜੀ ਇੱਕ ਤਾਂ ਐਸੇ ਸਥਾਨ ਸਥਾਨ ਨੇ ਜਿਹਦੇ ਬਾਰੇ ਮੈਂ ਨਹੀਂ ਦੱਸਦਾ ਉਹ ਐਨੇ ਖੂਸੂਰਤ ਨੇ ਹੈ ਕਿ ਮੈਨੂੰ ਇਹ ਡਰ ਲੱਗਦਾ ਹੈ ਕਿ ਜੇ ਉੱਥੇ ਲੋਕੀ ਜਾਨ ਸ਼ੁਰੂ ਹੋ ਗਏ ਹੈ ਤੋ ਗੰਧ ਪਾ ਦੇ। ਤੁਸੀਂ ਬਾਤ ਦੱਸਣਾ ਹੀ ਨਹੀਂ ਕਿਸੇ ਨੂੰ। ਹਾਂ ਦੱਸਣਾ ਵੀ ਨਹੀਂ। ਨੇ ਉਹ ਜੇ ਮੈਂ ਦੱਸ ਦਿੱਤਾ ਤਾਂ ਦੇ ਉੱਥੇ ਪਹੁੰਚਣਾ ਵੀ ਮੁਸ਼ਕਲ ਹੈ, ਪਹੁੰਚਣਾ ਹੀ ਮੁਸ਼ਕਲ ਹੈ। ਉਹ ਜਿਹਦਾ ਤੁਸੀਂ ਮਨੀਕਰਨ ਨਾਮ ਸੁਣਿਆ? ਹਾਂ। ਮੈਂ ਪਹਿਲੀ ਵਾਰ ਗਿਆ ਤੇ ਉਹ ਭੁੰਦਰ ਤੋਂ ਪੈਦਲ ਤੁਰ ਕੇ ਗਿਆ ਸੀ ਮਨੀਕਰਨ। ਤੇ 2 ਦਿਨ ਦਾ ਮਨੀਕਰਨ ਪੋਂਚਰ ਵਿੱਚ ਲੱਗ ਗਿਆ ਸੀਗੇ ਤੇ ਉਸ ਤੋਂ ਬਾਅਦ ਮੈਂ ਆਰਟੀਕਲ ਲਿਖਿਆ ਮਨੀਕਰਨ ਤੇ ਮਲਾਣਾ ਬਾਰੇ ਤੇ ਮਲਾਣਾ ਵੀ ਜਿਹੜੇ ਆਈ ਵਾਸ ਦੀ ਫਰਸਟ ਪਰਸਨ ਟੂ ਗੋ ਟੂ ਮਲਾਣਾ ਦੇ ਇੱਕ ਪਿੰਡ ਹੈਗਾ ਜਿੱਥੇ ਇੱਕ ਰਿਪਬਲਿਕ ਹੈ ਯਾਨੀ ਕਿ ਆਪਣਾ ਹੀ ਰਾਜ ਸੀ ਉਹਨਾਂ ਦਾ ਹੁਣ ਉਥੇ ਮੈਂ ਪਹਿਲਾ ਆਰਟੀਕਲ ਲਿਖਿਆ ਮੈਨੂੰ ਦੇਖ ਕੇ ਕਿਸੇ ਹੋਰ ਚਲਾ ਗਿਆ ਉਹਨੇ ਲਿਖਿਆ ਹੁਣ ਤਾਂ ਉਹ ਗੰਦ ਪੈ ਗਿਆ ਮਲਾਣਾ ਵਿੱਚ ਵੀ ਤੇ ਮਨਿਕਰਨ ਵਿੱਚ ਤੇ ਇਸ ਕਰਕੇ ਹੁਣ ਦੇਖੋ ਬਹੁਤ ਖੂਬਸੂਰਤ ਜਗਾ ਹੋਏ ਤੇ ਮੈਂ ਨਹੀਂ ਲਿਖਦਾ ਵੈਸੇ ਪਹਾੜਾਂ ਦੇ ਵਿੱਚ ਮਨਾਲੀ ਤੋਂ ਬਾਅਦ ਲਾਹੌਲ ਸਪਿਤੀ ਜਿਹੜਾ ਉਹ ਬਹੁਤ ਖੂਬਸੂਰਤ ਹੈ ਬਹੁਤ ਖੂਬਸੂਰਤ ਹੈ ਤੇ ਹਿੰਦੁਸਤਾਨ ਦੇ ਵਿੱਚ ਜਿਹੜਾ ਮੱਧ ਪ੍ਰਦੇਸ਼ ਹੈ ਉਹਦੇ ਵਿੱਚ ਐਸੀ ਐਸੀ ਖੂਬਸੂਰਤ ਜਗ੍ਹਾ ਹੈਗੀਆਂ ਨੇ ਉਹਦੇ ਵਿੱਚ ਮੱਧ ਪ੍ਰਦੇਸ਼ ਚ ਪੁਰਾਣੇ ਮੰਦਰ ਨੇ ਪੁਰਾਣੇ ਕਿਲੇ ਵੀ ਨੇ ਵਾਈਲਡ ਲਾਈਫ ਸੈਂਚਰੀਜ਼ ਵੀ ਨੇ ਹਾਲੇ ਵੀ ਉੱਥੇ ਰਾਜੇ ਰਾਣੀਆਂ ਰਹਿੰਦੇ ਰਹੇ ਨੇ ਉੱਥੇ ਬਹੁਤ ਕੁਝ ਹੈ ਮੈਂ ਸ਼ਾਇਦ 20 ਸਾਲ ਤੱਕ ਤਾਂ ਮੱਧ ਪ੍ਰਦੇਸ਼ ਦੇ ਵਿੱਚ ਸਾਈਕਲਾਂ ਦੇ ਉੱਤੇ ਸੈਰ ਕਰਦਾ ਰਿਹਾ ਕਦੇ ਮੈਂ ਸਾਈਕਲਾਂ ਤੇ ਕਦੀ ਕਿਤੇ ਕਦੀ ਕਿਤੇ ਮੰ드ਪਦੇਸ਼ ਬਹੁਤ ਖੂਬਸੂਰਤ ਹੈ ਗੁਜਰਾਤ ਬੜਾ ਖੂਬਸੂਰਤ ਹੈ ਰਾਤ ਦੇ ਵਿੱਚ ਤੁਸੀਂ ਬਹੁਤ ਕੁਝ ਦੇਖ ਸਕਦੇ ਹੋ ਉਹਦੇ ਵਿੱਚ ਸੀ ਸ਼ੋਰ ਹੈ ਕਿ ਆ ਵਾਈਲਡਲਾਈਫ ਸੈਂਚਰੀ ਲਾਇਨ ਵਾਈਲਡਲਾਈਫ ਸੈਂਚਰੀ ਹੈਗੀ ਆ ਉਹ ਦੇਖ ਸਕਦੇ ਹੋ ਹੋਰ ਕਈ ਐਸੀਆਂ ਜਗ੍ਹਾ ਨੇ ਜਿੱਥੇ ਲੋਕ ਬਹੁਤੇ ਨਹੀਂ ਜਾਣਦੇ ਜਿਦਾਂ ਕਿ ਇੱਕ ਵਾਰੀ ਮੈਂ ਕਿਤੇ ਪੜਿਆ ਕਿ ਇੱਕ ਇਥੇ ਸਮੁੰਦਰ ਦੇ ਵਿੱਚ ਇੱਕ ਫੋਰਡ ਹੈ ਹੈ ਮਹਾਰਾਸ਼ਟਰ ਵਿੱਚ ਇਥੇ ਜਲਦੇ ਆ ਸੋ ਕਿਸੇ ਨੇ ਦੱਸਿਆ ਕਿ ਤੁਸੀਂ ਬੰਬਈ ਦੇ ਵਿੱਚੋਂ ਪਹਿਲਾਂ ਐ ਬੱਸ ਲਵੋ ਫਿਰ ਪੂਨਾ ਪਹੁੰਚੋ ਫਿਰ ਉੱਥੋਂ ਪਹੁੰਚੋ ਫਿਰ ਉੱਥੋਂ ਪਹੁੰਚੋ ਫਿਰ ਐਂ ਜਾਓ ਯਾਨੀ ਕਿ ਜੇ ਤੁਸੀਂ ਇੱਥੇ ਜਾਣਾ ਹੈ ਤਾਂ ਐ ਕਰਕੇ ਐ ਕਰਕੇ ਐ ਜਾਓ ਹੈ ਤੇ ਮੈਂ ਨਕਸ਼ੇ ਪੁਰਾਣੇ ਦੇਖੇ ਉਹਦੇ ਵਿੱਚ ਮੁੰਬਈ ਤੱਕ ਸਿੱਧਾ ਜਾਂਦਾ ਰਸਤਾ ਇੱਕ ਹੈ ਤੇ ਹੁਣ ਸਿੱਧੇ ਰਸਤੇ ਦੇ ਵਿੱਚ ਇਹ ਹੈ ਕਿ ਪਹਿਲਾਂ ਤੁਸੀਂ ਸਮੁੰਦਰ ਦੇ ਵਿੱਚ ਕਿਸ਼ਤੀ ਲੈ ਕੇ ਜਾਓ ਫਿਰ ਉੱਥੋਂ ਦਾ ਜਾ ਕੇ ਤੁਸੀਂ ਇੱਕ ਛੋਟੀ ਜੀ ਬੱਸ ਲਵੋ ਉੱਥੋਂ ਜਾਓ ਫਿਰ ਬੱਸਾਂ ਬਦਲ 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 ਕੇ ਤੁਸੀਂ ਅੱਗੇ ਜਾਓ ਸੋ ਮੈਂ ਹਮੇਸ਼ਾ ਹੀ ਵਿੰਗੇਟਿੰਗ ਨੇ ਰਸਤੇ ਬਣ ਪਸੰਦ ਆਉਂਦੇ ਨੇ ਸੋ ਮੈਂ ਉਹ ਹੀ ਰਸਤਾ ਲਿਆ ਪਹਿਲਾ ਸਮੁੰਦਰ ਦੇ ਰਾਂਹ ਕਿਸ਼ਤੀ ਵਿੱਚ ਗਿਆ ਫਿਰ ਉਹ ਤਾਂ ਇੱਕ ਛੋਟੀ ਜਿਹੀ ਟੈਕਸੀ ਫੜ ਕੇ 8 ਕਿਲੋਮੀਟਰ ਉੱਥੇ ਗਿਆ ਫਿਰ ਉਸ ਤੋਂ ਬਾਅਦ ਫਿਰ ਜਿੰਨੇ ਵੀ ਜਲਮ ਭੀਚਿਸ ਕਹਿੰਦੇ ਨੇ ਉਹ ਦੇਖਦੇ ਹੋਏ ਤੇ ਸਮੁੰਦਰ ਦੇ ਵਿੱਚ ਫੋਟ ਬਣੇ ਹੋਏ ਨੇ ਉਹਨਾਂ ਨੂੰ ਦੇਖਦੇ ਹੋਏ ਅਸੀਂ ਅੱਗੇ ਪੂਨਾ ਤੱਕ ਜਾਂ ਪੂਨਾ ਤੱਕ ਗਿਆ ਦੇਸਨ ਨਹੀਂ ਬਹੁਤ ਕੋਸਰ ਜਗ੍ਹਾ ਹੈ ਯਾਨੀ ਜਿੱਤੇ ਜਿੱਤੇ গুজরাট ਬਹੁਤ ਕੋਸਰ ਹੁੰਦਾ ਉਹ ਤੇ ਤੇ ਸੌਤ ਬੜਾ ਫੂਸਰ ਹੁੰਦਾ ਸੌਤੇ ਅਹ ਮਨੇ ਮੇਰੇ ਬੇਟਿਆਂ ਵੀ ਤਾਂ ਮੇਰੇ ਨਾਲ ਜਾਂਦੇ ਸੀ ਹੁਣ ਬੇਟਿਆਂ ਦੀ ਬੇਟੀ ਜਿਹੜੀ ਹੈ ਉਹ ਵੀ ਹੁਣੇ ਕੱਲੇ ਵਾਪਸ ਆਏ ਨੇ ਉਥੋਂ ਸੌ ਉਸ ਦੇਖ ਕੇ ਜੀ ਮੇਰਾ ਦ ਲੇਟੈਸਟ ਨੋਵਲ ਹੈਗਾ ਜਿਹੜੇ ਮੈਂ ਲਿਖ ਰਿਹਾ ਦੱਸਦੇ ਮੈਨੂੰ ਕਿ ਉਹ ਜਾਂਦੇ ਬਹੁਤ ਵਧੀਆ ਨਾ ਸਾਬਤ ਹੋਏਗਾ ਜਦ ਬਹੁਤ ਗਿਆ ਗੁਜ਼ਰੇ ਕਿਉਂਕਿ ਉਹਦੇ ਆਮ ਦੌਰ ਦੇ ਹੁੰਦੇ ਮੇਰੇ ਨਾਵਲਾਂ ਹਿਸਟੋਰੀਕ ਨਾਵਲ ਇੱਕ ਸਬਜੈਕਟ ਹੁੰਦਾ ਹੈ ਕਿ ਰਾਜਾ ਹੈ ਇੱਕ ਉਹ ਹੈ ਇਹਦੇ ਨਾਲ ਨਵਾਈਆਂ ਹੋਈਆਂ ਇੱਕ ਕੰਪੈਕਟ ਪਲੋਟ ਹੁੰਦਾ ਹੈ ਹੈ ਇਹਦੇ ਵਿੱਚ ਕੋਈ ਕੰਪੈਕਟ ਪਲੋਟ ਨਹੀਂ ਕੋਈ ਇੱਧਰ ਦੀਆਂ ਕਦੇ ਉੱਧਰ ਦੀਆਂ ਉੱਧਰ ਦੀਆਂ ਲੇਕਿਨ ਵਿਚਕਾਰ ਰਹਿੰਦੇ ਨੇ ਕਿ ਹਾਂ ਤੇ ਸਹੀ ਕਿਸੇ ਬੰਦਨ ਨਾਲ ਬੱਝੇ ਹੋਏ ਨੇ ਲੇਕਿਨ ਉਸ ਤਰ੍ਹਾਂ ਦਾ ਪੁਰਾਣੇ ਦਾ ਨਹੀਂ ਉਹਦੇ ਵਿੱਚ ਸਮਾ ਹਿਸਟੋਰੀਕ ਹੈ ਹੈ ਲੇਕਿਨ ਹਾਲਾਤ ਜਿਹੜੇ ਨੇ ਅਜੋਕੇ ਨੇ ਯਾਨੀ ਕਿ ਇੱਕ 7ਵੀਂ ਸਦੀ ਦਾ ਇੱਕ ਲੇਖਕ ਹੋਇਆ ਬਾਨ ਭਟ ਸੁਨੇਹਾ ਹੋਏਗਾ ਹੈ ਉਸ ਦੀ ਇੱਕ ਹਜ਼ਾਰੀ ਪ੍ਰਸ਼ਾਦ ਵੇਦੀ ਨੇ ਕਿ ਲਿਖੀ ਹੈ ਕਿਤਾਬ ਬਾਨ ਭਟ ਕੀ ਆਤਮ ਕਥਾ ਬਹੁਤ ਮਸ਼ਹੂਰ ਹੈ ਯਾਨੀ ਕਿ ਇੱਕ ਵਾਰ ਸਰਵੇ ਹੋਇਆ ਸੀ ਉਹਦੇ ਵਿੱਚ ਕਿਸੇ ਨੇ ਪੁੱਛਿਆ ਵੀ ਚਾਰ ਕਿਤਾਬਾਂ ਹਿੰਦੀ ਵਿਚ ਕਿਹਨੇ ਕਿਹਨੇ ਹਜਿਆਂ ਜਿਹੜੇ ਸਭ ਤੋਂ ਬੈਸਟ ਕਿਨੇ ਜਾਂਦੀਆਂ ਉਹਨਾਂ ਦੇ ਵਿੱਚੋਂ ਬਾਨ ਬੱਟ ਦੀ ਆਤਮਕਥਾ ਇੱਕ ਕਹਾਵਤ ਸੀ ਸੋ ਮੇਰੇ ਮਨ ਵਿੱਚ ਆਇਆ ਕੋਈ ਇੱਕ ਪਲਾਟ ਕਿ ਮੈਂ ਵੀ ਲਿਖਾਂ ਤੇ ਮੈਨੂੰ ਉਹ ਹੀ ਪੀਰੀਅਡ ਦਿਮਾਗ ਵਿੱਚ ਆਇਆ 6 7ਵੀਂ ਸਦੀ ਦਾ ਤੇ ਉਹਦੇ ਵਿੱਚ ਮੈਂ ਇੱਕ ਪਾਤਰ ਅੰਮ੍ਰੇਵਨੋਂ ਘਟਿਆ ਉਹਦਾ ਲਿਖਿਆ ਲਿਖਿਆ ਜਾ ਸਕਦਾ ਹੈ ਕਿ ਵਿਆਸ ਭਟਕੀ ਆਤਮ ਕਥਾ ਲਿਖਿਆ ਜਾ ਸਕਦਾ ਪਰ ਉਹ ਇਹ ਨਾਮ ਨਹੀਂ ਰੱਖਾਂਗਾ ਹੈ ਬੜਾ ਹੋਰ ਤਰਾਂ ਦਾ ਸੋ ਵਿਆਸ ਭਟ ਜਿਹੜਾ ਉਹ ਉਸ ਸਮਾਇਸਾ ਸੀ ਸਹਿ ਦੇ لحاظ ਨਾਲ ਕਿ ਉਸ ਨੂੰ ਕਲਾਸਿਕਲ ਕਾਲ ਕਿਹਾ ਜਾਂਦਾ ਕਾਲੀਦਾਸ ਤੋਂ ਬਾਅਦ ਜਿੰਨੇ ਵੀ ਵੱਡੇ ਵੱਡੇ ਹਿੰਦੀ ਦੇ ਸੰਸਕ੍ਰਿਤ ਦੇ ਰਾਈਟਰ ਹੋਏ ਨੇ ਉਹ ਬਾਨਵੜ ਦੇ ਟਾਈਮ ਵਿੱਚ ਹੋਏ ਨੇ ਤੇ ਉਸ ਦਾ ਏਰੀਆ ਜਿਹੜਾ ਸੀਗਾ ਉਹ ਪੰਜਾਬ ਹਰਿਆਣਾ ਸੀ ਬਾਨਵੜ ਜਿਹੜਾ ਨਾ ਥਨੇ ਸਰਦਾਰ ਹਨ ਵਾਲਾ ਸੀਗਾ ਉਥੋਂ ਦੇ ਰਾਜਦਾਰ ਸੋ ਉਹਦੇ ਨਾਲ ਸਾਡੇ ਕੁਝ ਲੋਕਲ ਇੰਟਰਸਟ ਵੀ ਬਣ ਜਾਂਦਾ ਹੈ ਤੇ ਜਿੰਨੇ ਨਾਟਕਕਾਰ ਹੋਏ ਨੇ ਉਸ ਸਮੇਂ ਹੋਏ ਨੇ ਵੱਡੇ ਵੱਡੇ ਸੋ ਉਹਨਾਂ ਦਾ ਜਿਹੜੇ ਜਿੰਨੇ ਵੀ ਪਾਤਰ ਉਹ ਨਾਟਕਕਾਰ ਹੈਗੇ ਸੋ ਉਹਦੇ ਵਿੱਚ ਜਿਆਦਾਤਰ ਜਿਹੜੇ ਨੇ ਉਹ ਨਾਟਕ ਦੀਆਂ ਗਤੀਵਿਧੀਆਂ ਨੇ ਪ੍ਰੇਮ ਕਥਾਵਾਂ ਨੇ ਜੋ ਅੱਜ ਦਾ ਵੀ ਐਟਮੋਸਫੀਅਰ ਹੈ ਉਹ ਸਿਰ ਮੈਂ ਉਸ ਦੇ ਵਿੱਚ ਟਰਾਂਸਫਰ ਕਰ ਲਿਆ ਹੈ ਜਿਸ ਤਰ੍ਹਾਂ ਕਿ ਪਹਿਲਾਂ ਜਿਹੜੇ ਸਾਹਿਤ ਐਟਮੋਸਫੀਅਰ ਸੀ ਉਹ ਬੜਾ ਸincere ਟਾਈਪ ਦਾ ਸੀ ਹੁਣ ਕੀ ਆ ਕਿ ਗਰੁੱਪ ਬਣੇ ਹੋਏ ਆ। ਹਾਂ ਤੇ ਉਹਨਾਂ ਦੇ ਵਿੱਚ ਉਹਨਾਂ ਗਰੁੱਪਾਂ ਦੇ ਵਿੱਚ ਆਮ ਤੌਰ ਤੇ ਗਲਤ ਆਦਮੀ ਵੀ ਹੁੰਦੇ ਨੇ ਬਹੁਤ। ਉਹਦੇ ਦੋਸਤ ਨੇ ਕੋਈ ਕਿਤਾਬ ਲਿਖੀ ਹੈ। ਹੈ ਕਹਤਾ ਇਹ ਤਾਂ ਜਿਹੜੇ ਨਾ ਉਹ ਕਲਾਸੀਕ ਸਭ ਤੋਂ ਵੱਡੀ ਕਿਤਾਬ ਇਹ ਹੀ ਹੈ ਜਿਨੇ ਸincere ਨੇ ਲਿਖਨੇ ਵਾਲੇ ਨੇ ਉਹਨੂੰ ਕੋਈ ਪੁੱਛਦਾ ਹੀ ਨਹੀਂ ਹੈ। ਕਿ ਉਹਨਾਂ ਨੇ ਕੋਈ ਗੁਰਪਨੀ ਬਣੇ ਹੋਏ ਇਦਾਂ ਹੀ ਉਹ 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 ਹਟ ਮਾਸਮ ਮੈਨ ਲੈ ਨਾਟ ਨਾਟ ਕਾਰਨੇ ਉਹਦੇ ਵਿੱਚ ਰਾਈਟਰ ਨੇ ਉਹ ਕੀ ਕੀ ਕਰਦੇ ਨੇ ਕਿ ਕੁਛ ਨਹੀਂ ਕਰਦੇ ਤੇ ਜਿਹੜੇ ਜਿਹੜੇ ਬਨਰਟੀ ਰਾਈਟਰ ਨੇ ਉਹ ਕੀ ਕੁਛ ਕਰਦੇ ਨੇ ਕਿ ਇਹ ਕੁਛ ਨਹੀਂ ਕਰਦੇ ਉਹ ਮੈਂ ਸਾਰਾ ਉਹਦੇ ਵਿੱਚ ਬਿਆਨ ਕੀਤਾ ਹੈ ਉਹਦੇ ਵਿੱਚ ਹੀਰੋ ਵਿਨੈ ਹੀਰੋਨ ਵੀ ਨੇ ਨਰਤਕੀਆਂ ਵੀ ਨੇ ਤੇ इस तरह ना वो लिख रहा मैं नहीं करब ने क्या हजारों खाशें ऐसी कि हर खाश पे दम निकले सो काफ़ी कुछ अचीव कर लिया वैसे कुछ ऐसा रह नहीं वैसे लम्बना पेगा सोचना पेगा मैं ਤਾਂ ਤਾਂ ਦੱਸਿਆ ਨਾ ਉਹ ਕਿ ਕਿਤੇ ਕੀਤੀ ਸੀਗੀ ਦੱਸਿਆ ਸਭ ਤੋਂ ਅਮੀਰ ਹਾਂ ਜੀ ਨੈਕਸ ਜਿਨੇਸ਼ ਕੋਚ ਇਹਨਾਂ ਕੋਸੀ ਤਾਂ ਤੇ ਉਸ ਉਹਨੂੰ ਛੱਡਿਆ ਕਿਉਂ ਬਈ ਸੋਚਦਾ ਸੀ ਕਿ ਸਾਰੀ ਉਮਰ ਨੌਕਰੀ ਪੈਸੇ ਜਮਾ ਕਰ ਕਰਕੇ ਕੀ ਕਰਨਾ ਹੈ ਜਿਸ ਨੂੰ ਤਾਂ ਉਸ ਨੇ ਆਪਣੀ ਜ਼ਿੰਦਗੀ ਦੇ ਉੱਤੇ ਨਾ ਖਰਚ ਕਰ ਸਕੇ ਤੇ ਸੋ ਇਸ ਕਰਕੇ ਮੈਂ ਨੌਕਰੀ ਛੱਡ ਦਿੱਤੀ ਸੀ ਤੇ ਜੋ ਵੀ ਮਨ ਦੀ ਇੱਛਾ ਸੀਗੀਆਂ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਤੇ ਮੇਰੇ ਕਿ ਦੋਸਤ ਸੀ ਉਹਨੇ ਕਿਹਾ ਕਿ ਮੇਰੀ ਇੱਕ ਸਿਸਟਰ ਆ ਗਈ 13-14 ਸਾਲ ਦੀ ਉਸ ਨੂੰ ਪੜਾਉਣਾ ਸ਼ੁਰੂ ਕਰ ਦਿਓ ਬਹੁਤ ਪਹਿਲਾਂ ਦੀ ਗੱਲ ਹੈ ਮੈਂ ਉਸ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਉਹ ਚਾਰ-ਪੰਜ ਸਾਲ ਤੱਕ ਉਹਨਾਂ ਦਾ ਆਨ ਬਣਾ ਰਿਹਾ ਆਨਾਂ-ਦਾਨਾਂ ਤੇ ਉਹਦੇ ਨਾਲ ਆਪਣੀ ਕੁਝ ਨੇੜਤਾ ਹੋ ਗਈ ਤੇ ਫਿਰ ਜਿਸ ਵੇਲੇ ਉਸ ਦੇ ਉਸ ਦੇ ਵਿਆਹ ਦੇ ਟਾਈਮ ਆਇਆ ਉਸ ਵੇਲੇ ਸਾਡੇ ਵਿਆਹ ਦਾ ਵੀ ਟਾਈਮ ਆ ਗਿਆ ਤੇ ਫਿਰ ਇਹ ਹੋਇਆ ਕਿ ਚਲੋ ਅਸੀਂ ਆਪਸ ਦੇ ਵਿੱਚ ਵਿਆਹ ਕਰ ਲੈਨੇ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸੀ ਸੋ ਜਿੰਦਾ ਥੋੜੀਆਂ ਬਹੁਤ ਮੁਸ਼ਕਲਾਂ ਹੁੰਦੀਆਂ ਨੇ ਖਾਨਦਾਨਾਂ ਦੇ ਵਿੱਚ ਹੋਈਆਂ ਉਹਦੇ ਨਾਲ ਹੀ ਫਿਰ ਆਪਣਾ ਵਿਆਹ ਹੋ ਗਿਆ ਤੇ ਸਮਝ ਗਏ 40 50 ਸਾਲ ਉਸ ਦਿਨਾਂ ਬਿਤਾਏ ਤਦ ਤੱਕ ਠੀਕ ਠਾਕ ਸੋ ਮੈਂ ਪਹਿਲਾ ਇਹ ਹੀ ਕਹਿਣਾ ਚਾਹਦਾ ਸੀਗਾ ਕਿ ਜੋ ਮੈਂ ਅੱਖਾਂ ਨਾਲ ਉਸ ਨੂੰ ਕਾਪੀ ਨਹੀਂ ਕਰਨਾ ਤੁਸੀਂ ਕਿਉਂਕਿ ਉਹ ਕਾਪੀ ਕਰਨਾ ਬਹੁਤ ਮੁਸ਼ਕਲ ਹੈ ਤੁਹਾਨੂੰ ਇੱਕ ਹੁੰਦਾ ਹੈ ਕਿ what do you get ਤੁਸੀਂ ਕੀ ਚਾਹਦੇ ਹੋ ਲੇਕਿਨ ਉਹਦੇ ਲਈ ਇਵੇਂ ਕਿ what do you leave ਕਿ ਤਨ ਬਹੁਤ ਕੁਝ ਲੀਵ ਵੀ ਕਰਨਾ ਪੈਂਦਾ ਛੱਡਣਾ ਪੈਂਦਾ ਹੈ ਸੋ ਉਹ ਅਚੀਵ ਕਰਨ ਦੇ ਲਈ ਮੈਂ ਬਹੁਤ ਕੁਝ ਛੱਡਿਆ ਵੀ ਜਿਸ ਨੂੰ ਦੁਨਿਆਵੀ ਸੁਖ ਕਹਿੰਦੇ ਨੇ ਪਰ ਸਮ ਹਾਉ ਕੁਦਰਤ ਨੇ ਵੀ ਕੁਝ ਸਾਥ ਦਿੱਤਾ ਕਿ ਜਿਹੜੇ ਮੈਂ ਟ੍ਰੈਕਿੰਗ ਦੇ ਉੱਤੇ ਨਕਸ਼ੇ ਤੇ ਕਿਤਾਬ ਲਿਖੀਆ ਹੈ ਉਹਦੇ ਜੇ ਰਾਇਲਟੀ ਤੁਸੀਂ ਮੈਨੂੰ ਮਿਲਦੀ ਰਹੀ ਇੰਗਲੈਂਡ ਵਿੱਚੋਂ ਉਹ 1 ਕਰੋੜ ਤੇ 11 ਲੱਖ ਰੁਪਈਆ ਅੱਜ ਤੱਕ ਫੋਰਨ ਐਕਸਚੇਂਜ ਵਿੱਚ ਮੈਨੂੰ ਮਿਲਿਆ ਤੇ ਇਹ ਕਿਤਾਬ ਮੈਂ ਆਮਦਾਰ ਤੇ ਮੈਂ ਲਿਖਦਾ ਹੁੰਨਾ ਜਦੋਂ ਤੇ ਮੈਨੂੰ ਇਹ ਬਹੁਤ ਬੁਰਾ ਲੱਗਦਾ ਹੈ ਕਿ ਮੈਂ ਉਹਨੂੰ ਕਿਤਾਬ ਨੂੰ ਕਿਸੇ ਲੇਖ ਪਬਲਿਸ਼ਰ ਕੋਲ ਲੈ ਕੇ ਜਾਵਾਂ ਲੋ ਜੀ ਮੈਂ ਲਿਖਿਆ ਤੇ ਤੁਸੀਂ ਦੇਖੋ ਉਸ ਤੋਂ ਬਾਅਦ ਹੋ ਜਾਏਗਾ ਅੱਛਾ ਜੀ ਮੈਂ ਦੇਖ ਕੇ ਦੱਸਾਂਗੇ ਫਿਰ ਹੋਏਗਾ ਸਾਨੂੰ ਪਸੰਦ ਆਈ ਹੈ ਇਹ ਮੈਨੂੰ ਤੇ ਗਾ ਨਹੀਂ ਲੱਗਦਾ ਮੈਂ ਕੀ ਕਰਦਾ ਕਿ ਮੈਂ ਜੋ ਲਿਖਦਾ ਤੇ ਦੋ ਤਿੰਨ ਪਬਲਿਸ਼ਰ ਹੈ ਜਿਹੜੇ ਉਹ ਛਾਪ ਸਕਦੇ ਉਹਨਾਂ ਨੂੰ ਭੇਜ ਦਿੰਨਾ ਵੀ ਤੁਹਾਨੂੰ ਪਸੰਦ ਆਏ ਤਾਂ ਛਾਪ ਦੇਣਾ ਨਹੀਂ ਤਾਂ ਤੁਸੀਂ ਮੈਨੂੰ ਸਿਰਫ ਇੱਕ ਚਿੱਠੀ ਲਿਖ ਦੇਣਾ ਤਿੰਨ ਪੈਸੇ ਦੀ ਕਿ ਸਾਨੂੰ ਪਸੰਦ ਨਹੀਂ ਆਈਆਂ ਚਾਹੇ ਤੁਸੀਂ ਮੇਰੀ ਸਕ੍ਰਿਪਟ ਵਾਪਸ ਕਰੋ ਜਾਂ ਨਾ ਕਰੋ ਤੋ ਇਸ ਤਰੀਕੇ ਦੇ ਨਾਲ ਮੈਂ ਕਈ ਭੇਜੀਆਂ ਜਿੱਦਾਂ ਐਨਬੀਟੀ ਨੂੰ ਭੇਜੀ ਸੀ ਐਨਬੀਟੀ ਤੋਂ ਮੈਨੂੰ ਜਵਾਬ ਆ ਗਿਆ ਕਿ ਹਾਂ ਹਾਂ ਅਸੀਂ ਭੇਜ ਛਾਪਾਂਗੇ ਉਹਨਾਂ ਨੇ ਜੰਗਲ ਜੰਗਲ ਪਰਬਤ ਪਰਬਤ ਮੇਰੀ ਕਿਤਾਬ ਛਾਪੀ ਹਿੰਦੀ ਦੇ ਵਿੱਚ ਜਿਤਨਾਨ ਵਿਚਾਪਿਆ ਉਹਨਾਂ ਨੇ ਜੰਗਲ ਪਰ 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 ਬਤ ਇੰਗਲਿਸ਼ ਦੇ ਵਿੱਚ ओरिएंट ਲੌਂਗਮੈਨ ਇੱਕ ਹੈਦਰਾਬਾਦੀ ਪਬਲਿਸ਼ਰ ਹੈ ਉਹਨਾਂ ਨੇ ਭੇਜੀ ਉਹਨਾਂ ਨੇ ਵੀ ਪਸੰਦ ਕਰਕੇ ਛਾਪ ਦਿੱਤੀ ਉਹ ਐਨੀ ਕ ਕਿਤਾਬ ਹੈਗੀ ਐਡੀ ਵੱਡੀ ਉਹਦੇ ਰਾਇਲਟੀ ਪਹਿਲਾਂ 6000 ਆਉਂਦੀ ਸੀਗੀ ਫਿਰ 5000 ਹੋ ਗਈ ਫਿਰ 4000 ਹੋ ਗਈ ਫਿਰ 3000 ਹੋ ਗਈ ਹੁਣ 2500 ਹੋ ਗਈ ਸਾਰਾ ਕੁਝ ਮਿਲਾ ਕੇ ਉਸ ਛੋਟੀ ਜਿਹੀ ਕਿਤਾਬ ਦੇ 96000 ਰੁਪਏ ਉਸਨੇ ਰਾਇਲਟੀ ਅੱਜ ਕੀ ਹੈ ਸੋ ਇਸ ਤਰ੍ਹਾਂ ਸਭ ਕੁਝ ਚੱਲਦਾ ਆ ਰਿਹਾ ਇਹ ਇਹ ਤਾਂ ਵੀ ਹਰ ਮੀ ਲੰਬੀ ਯਾਤਰਾ ਇਹ ਹੁਣ ਹਿੰਦੀ ਵਿੱਚ ਐਨਬੀਟੀ ਚਾਪ ਰਿਹਾ ਇਹ ਜੰਗਲ-ਜੰਗਲ ਪਹਾੜ-ਪਹਾੜ ਇਹ ਵੀ ਐਨਬੀਟੀ ਨੇ ਛਾਪੀ ਸੀ ਹਿੰਦੀ ਦੇ ਵਿੱਚ ਇਹ ਟਰੈਕਿੰਗ ਦੀ ਹੈ ਇੰਡੀਅਨ ਹਿਮਾਲਿਆ ਸਾਰੇ ਯਾਨੀ ਕਿ ਜੇ ਕਿਸੇ ਨੇ ਪਹਾੜ ਦੇ ਵਿੱਚ ਕਿਤੇ ਵੀ ਜਾਣਾ ਹੋਵੇ ਟਰੈਕਿੰਗ ਕਰਨ ਲਈ ਉਹ ਸਭ ਕੁਝ ਸਾਰੇ ਰਸਤੇ ਜਿਹੜੇ ਨੇ ਉਹ ਇਹਦੇ ਵਿੱਚ ਲਿਖੇ ਹੋਏ ਨੇ ਕਿ ਪਰ ਉਸਦਾ ਮਤਲਬ ਇਹ ਹੈ ਕਿ ਜੇ ਤੁਸੀਂ 8 ਦਿਨ ਦਾ ਟ੍ਰੈਵਲ ਹੈ ਤੁਸੀਂ ਉੱਪਰ ਜਾਣਾ نیچے ਜਾਣਾ ਇੱਧਰ ਜਾਣਾ ਉੱਧਰ ਜਾਣਾ ਇਹਦੇ ਵਿੱਚ ਹੀ ਲਿਖਿਆ ਹੋਇਆ ਕਿ ਤੁਸੀਂ ਸਵੇਰੇ ਤੁਰੋਗੇ ਤੇ ਸ਼ਾਮ ਤੱਕ ਐਸ ਜਗ੍ਹਾ ਪਹੁੰਚੋਗੇ ਰਸਤੇ ਦੇ ਵਿੱਚ ਕੰਨੀਆ ਉਤਰਾਇਆਂ ਚੜਾਈਆਂ ਆਣ ਗਿਆ ਜਿੱਥੇ ਤੁਸੀਂ ਪਹੁੰਚੋਗੇ ਉਥੇ ਤੁਸੀਂ ਕਿੱਥੇ ਠਹਿਰਨਾ ਉਥੇ ਧਰਮਸ਼ਾਲਾ ਹੈ ਸਕੂਲ ਹੈ ਜਾਂ ਕੈਂਪ ਦੀ ਜਗ੍ਹਾ ਹੈ ਕਿੱਥੇ ਠਹਿਰਨਾ ਉਸ ਤੋਂ ਅੱਗੇ ਕੀ ਹੋਏਗਾ ਅੱਗੇ ਕੀ ਹੋਏਗਾ ਅੱਗੇ ਕੀ ਹੋਏਗਾ ਤੇ ਉਹ ਸਾਰਾ ਜਿਹੜਾ ਨਾ ਉਹ ਇਹਦੇ ਵਿੱਚ ਹੈ ਇੰਗਲੈਂਡ ਵਿੱਚ ਇਹਦੀ ਛਪੀ ਸੀ ਕਿ ਫਿਰ ਮੈਂ ਐਨਾ ਟਰੈਵਲ ਕੀਤਾ ਕਿ ਮੈਂ ਸਾਰੇ ਹਿਮਾਲਿਆ ਦੇ ਨਕਸ਼ੇ ਬਣਾਏ ਹੈ ਕਿ ਕਿੱਥੇ ਕਿੱਥੇ ਤੁਸੀਂ ਕਿੱਥੇ ਕਿੱਥੇ ਜਾ ਸਕਦੇ ਹੋ ਉਹ ਨੋਨ ਅਕਸ਼ੇ ਬਣਾਏ ਉਹ इंग्लंड ਵਿੱਚ ਤੇ ਉਹ ਐਨੇ ਕੀਮਤੀ ਹੈ ਕਿ ਉਸ ਨੂੰ ਜਿਸ ਵੇਲੇ ਮਿਲਟਰੀ ਦੇ ਲੋਕ ਜਾਣਦੇ ਨੇ ਪਹਾੜਾਂ ਦੇ ਵਿੱਚ ਉਹ ਵੀ ਮੇਰੇ ਨਕਸ਼ੇ ਇਸਤੇਮਾਲ ਕਰਦੇ ਨੇ ਉਹਨਾਂ ਦੇ ਉਹਨਾਂ ਦੀ ਲਾਇਬ੍ਰੇਰੀ ਦੇ ਵਿੱਚ ਮੇਰੀਆਂ ਕਿਤਾਬਾਂ ਤੇ ਮੇਰੇ ਉਹ ਪਏ ਹੋਏ ਨੇ ਤੇ ਕਦੇ-ਕਦੇ ਜਿਹੜਾ ਹਰਮਨ ਲਾਜ਼ੀ ਰਹਿਣਾ ਛੇ ਮਹੀਨੇ ਪਹਾੜ ਦੇ ਵਿੱਚ ਤੇ ਉੱਥੇ ਆਇਰ ਫੋਰਸ ਦੇ ਆਰਮੀ ਦੇ ਛੋਟੇ ਛੋਟੇ ਕੈਂਟਨਮੈਂਟ ਹੈਗੇ ਆ ਤੇ ਕਦੀ ਕਦੀ ਉਹ ਜੇ ਕੋਈ ਮੇਰਾ ਕੋ ਜਾਣਕਾਰ ਆ ਜਾਵੇ ਉਹ ਫਿਰ ਮੈਨੂੰ ਉੱਥੇ ਬੁਲਾਉਂਦਾ ਤੇ ਉਸ ਬਾਰੇ ਫਿਰ ਮੈਂ ਉਹਨਾਂ ਨੂੰ ਸਾਰੇ ਰਸਤਿਆਂ ਦੇ ਬਾਰੇ ਦੱਸਦਾ ਸੋ ਆਤਰਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਸ਼ਾਂਤੀ ਨਾਲ ਸੁਣਿਆ